ਸਾਨ ਵੀਰੋ ਤੇ ਭੈਣੋ ਜੈ ਹਿੰਦ ਲੈ ਕੇ ਹਾਜ਼ਰ ਆਂ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਜਿੱਦਾਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਇਸ ਪ੍ਰੋਗਰਾਮ ਚ ਅਸੀਂ ਵੱਖ-ਵੱਖ ਵਿਸ਼ਿਆਂ ਦੇ ਵੱਖ-ਵੱਖ ਮਹਾਰਾ ਨੂੰ ਬੁਲਾਉਂਦੇ ਰਹਿੰਦਾ ਤੇ ਅੱਜ ਜਿਹੜੇ ਮਹਾਰ ਸਾਡੇ ਕੋਲ ਆਉਣੇ ਆ ਨਾ ਹਾਂਜੀ ਤੇਜਪਾਲ ਸਿੰਘ ਜੀ ਜੈ ਹਿੰਦ ਜੀ ਜੈ ਹਿੰਦ ਜੀ ਗਲਾਟੀ ਸਾਹਿਬ ਜੈ ਹਿੰਦ ਜੀ ਡਾਕਟਰ ਸਾਹਿਬ ਆ ਜੀ ਬੈਠੋ ਜੀ ਬੈਠੋ ਡਾਕਟਰ ਸਾਹਿਬ ਬੈਠੋ ਗਲਾਟੀ ਸਾਹਿਬ ਬੈਗੇਜ ਬੈਗੇਜ ਆ ਤੁਸੀਂ ਵਧੀਆ ਕੰਮ ਕੀਤਾ ਹੈ ਸਾਡੀ ਅੱਧੀ ਚਿੰਤਾ ਤੇ ਤੁਸੀਂ ਮੁਕਾ ਦਿੰਦੇ ਆ ਦੇਖੋ ਤੇਜਪਾਲ ਸਿੰਘ ਜੀ ਇਹ ਤੇ ਡਿਊਟੀ ਆ ਤੇ ਜਦੋਂ ਬੈਠਕ ਦੀ ਗੱਲ ਹੋਵੇ ਜੀ 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 ਤਕਨੀਕੀ ਗਿਆਨ ਦੀ ਗੱਲ ਹੋਵੇ ਆ ਤੇ ਫਿਰ ਦੇਖੋ ਆਪਣਾ ਫਰਜ਼ ਨਿਭਾਣਾ ਸਾਡਾ ਵੀ ਫਰਜ਼ ਹੈ ਆ ਦੇਖੋ ਇਹ ਜਿਹੜੀ ਬੈਠਕ ਆਪਾਂ ਸਜਾਈ ਆ ਨਾ ਇਹ ਇਸੇ ਕਰਕੇ ਹੀ ਆ ਇਸੇ ਕਰਕੇ ਹੀ ਇਸੇ ਤੇ ਇੱਥੇ ਆਪਾਂ ਬਹਿ ਕੇ ਗੱਲਾਂ ਬਾਤਾਂ ਕਰੀਏ ਇਹੋ ਜੇ ਮਾਰਾਂ ਨੂੰ ਬੁਲਾਈਏ ਬਿਲਕੁਲ 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 ਜੋ ਸੁਵੰਦਤ ਵੇਸ਼ੇ ਆ ਉਹਨਾਂ ਬਾਰੇ ਗੱਲ ਕਰਕੇ ਤੇ ਜਾਣਕਾਰੀਆਂ ਲਈਏ ਬਿਲਕੁਲ ਸਹੀ ਅੱਛਾ ਹੁਣ ਤੁਸੀਂ ਇਦਾਂ ਕਰੋ ਜਾਣ ਪਛਾਣ ਕਰਾਓ ਇਹਨੇ ਡਾਕਟਰ ਸੁਰਿੰਦਰ ਸਿੰਘ ਜੀ ਇਹ ਮੁੱਖ ਤੇ ਬੜੀ ਅਫਸਰ ਨੇ ਅੱਛਾ ਖੇਤੀਬਾੜੀ ਦੇ ਕਿਸਾਨ ਭਲਾਈ ਵਿਭਾਗ ਪੰਜਾਬ ਚ ਜਿਲ੍ਹਾ ਜਲੰਧਰ ਚ ਆਪਣੀ ਸੇਵਾ ਨਿਭਾਉਂਦੇ ਆ। ਓ ਜੀ ਆ ਇਹਨੂੰ ਡਾਕਟਰ ਸਾਹਿਬ ਡਾਕਟਰ ਸਾਹਿਬ ਆਪਾਂ ਤੁਹਾਡੇ ਤੋਂ ਜਾਣਕਾਰੀਆਂ ਲੈਣੀਆਂ। ਬਿਲਕੁਲ ਦੇਖੋ ਆ ਜਿਹੜਾ ਸਮਾਂ ਚੱਲਦਾ ਪਿਆ ਨਾ ਇਹ ਬੜਾ ਭਿਆਨਕ ਚੱਲ ਰਿਹਾ। ਮਹਾਂਮਾਰੀ ਦਾ ਦੌਰ ਚੱਲ ਰਿਹਾ। ਇਹਦਾ ਹਰ ਖੇਤਰ ਤੇ ਅਸਰ ਪੈਂਦਾ ਤੇ ਖੇਤੀਬਾੜੀ ਤੇ ਵੀ ਸਾਡੇ ਅਸਰ ਬਾਰੇ ਆਪਾਂ ਗੱਲਾਂ ਬਾਤਾਂ ਕਰਾਂਗੇ। ਬਿਲਕੁਲ ਜੀ ਕੋਈ ਖੇਤਰ ਨਹੀਂ ਹੈਗਾ ਜਿੱਤੇ ਪ੍ਰਭਾਵ ਨਹੀਂ ਪਿਆ। ਆਹ ਤੇ ਖੇਤੀ ਤੇ ਪ੍ਰਭਾਵ ਪਿਆ। ਬਿਲਕੁਲ ਬਿਲਕੁਲ। ਦੇਖੋ ਗੁਲਾਟੀ ਸਾਹਿਬ ਮੈਂ ਕਹਿਣਾ ਸ਼ਹਿਰਾਂ 'ਚ ਤਾਂ ਚਲੋ ਆਬਾਦੀ ਜ਼ਿਆਦਾ ਹੁੰਦੀ ਆ ਜੀ ਜੀ ਹਨਾ ਉਹ ਥੋੜੇ ਵੀ ਲੋਕ ਨਿਕਲਣ ਘਰੋਂ ਬਾਹਰ ਤੇ ਉਹ ਕਿੰਨੇ ਸਾਰੇ ਹੀ ਹੋ ਜਾਂਦੇ ਆ ਸਹੀ ਗੱਲ ਪਰ ਭਾਈ ਆਪਾਂ ਪਿੰਡਾਂ ਵਾਲੇ ਜਿਹੜੇ ਬੰਦੇ ਆ ਅਸੀਂ ਕਿਉਂ ਬਿਨਾਂ ਗੱਲ ਤੋਂ ਸ਼ਹਿਰਾਂ ਨੂੰ ਤੁਰੇ ਹੋਏ ਆ ਸਾਡੇ ਦੀ ਤਾਂ ਖਿਆਲ ਰੱਖਣਾ ਚਾਹੀਦਾ ਨਾ ਸਾਥ ਤੋਂ ਪਹਿਲਾਂ ਉਹ ਤੁਹਾਡੀ ਗੱਲ ਬਿਲਕੁਲ درست ਤੇ ਕਿ ਸਾਡੇ ਪਿੰਡਾਂ ਦੇ ਵਿੱਚ ਮਾਹੌਲ ਹੀ ਖੁੱਲਾ ਉੱਡਲਾ ਹੈ ਹੈਨਾ ਤੇ ਸਾਡਾ ਕੰਮ ਤੰਦਾ ਵੀ ਖੇਤੀ ਨਾਲ ਜੁੜਿਆ ਖੇਤਾਂ 'ਚ ਜਾਣਾ ਖੇਤਾਂ 'ਚ ਕੰਮ ਕਰੇ ਘਰ ਨੂੰ ਆ ਜਾਣਾ ਇੱਥੋਂ ਅਸੀਂ ਥੋੜਾ ਜਿਹਾ ਜੇ ਧਿਆਨ ਦੇਈਏ ਤੁਹਾਡੀ ਗੱਲ درست ਤੇ ਕਿ ਆਪਣਾ ਬਚਾ ਆਪ ਆਪ ਕਰਨਾ ਹੈ ਕਿਸੇ ਨੇ ਨਹੀਂ ਕਰਨਾ ਹਣਾ ਸੋ ਬਚਾ ਜੀ ਬਚਾਏ ਬਚਾ ਚੀ ਬਚਾਏ ਬਿਲਕੁਲ ਹਾਲਾਤ ਬੜੇ ਖਰਾਬ ਨੇ ਆਪਾਂ ਰੋਜ਼ ਸੁਣਨੇ ਆ ਪੜਨੇ ਆ ਕਿ ਮਹਾਮਾਰੀ ਬੜੀ ਤੇਜ਼ੀ ਨਾਲ ਫੈਲਣ ਰਹੀ ਹੈ ਤੇ ਇੱਥੇ ਹਰ ਇੱਕ ਬੰਦੇ ਦਾ ਫਰਜ਼ ਤੇ ਹੈ ਹੀ ਆਪਣੇ ਆਪ ਨੂੰ ਬਚਾਉਣ ਦਾ ਨਾਲ ਦੂਜੇ ਨੂੰ ਬਚਾਉਣ ਦਾ ਫਰਜ਼ ਹੈਗਾ ਤੇ ਪਿੰਡਾਂ ਦੇ ਵਿੱਚ ਦੇਖੋ ਅਸੀਂ ਵਸਨੇ ਆ ਜੇ ਸਾਡਾ ਤੇ ਫਰਜ਼ ਹੋਰ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਕਮ ਸੇ ਕਮ ਆਪਣੇ ਇਹਨਾਂ ਇਲਾਕਿਆਂ ਨੂੰ ਬਚਾ ਕੇ ਰੱਖੀਏ ਉਹ ਨਾਲੇ ਸਾਡੀ ਹੁਣ ਪਿੰਡਾਂ ਦੀ ਸਾਂਝ ਹੈ ਜੀ ਆਪਸ ਵਿੱਚ ਹੈ ਸਾਡਾ ਇਹ ਤਾਂ ਹੈ ਨਹੀਂ ਪੇ ਜਿਹਦੀ ਕੰਧ ਸਾਡੇ ਨਾਲ ਲੱਗਦੀ ਅਸੀਂ ਉਹਨੂੰ ਹੁਣੇ ਹੀ ਮਿਲੇ ਆ ਆਪਾਂ ਤੇ ਪਤਾ ਨਹੀਂ ਕਿੰਨੀਆਂ-ਕਿੰਨੀਆਂ ਸਦੀਆਂ ਤੋਂ ਇਕੱਠੇ ਰਹਿੰਦੇ ਆ ਸੋ ਇਹ ਸਾਡਾ ਫਰਜ਼ ਜਿਹੜਾ ਉਹਨੂੰ ਹੋਰ ਵੱਡਾ ਹੋ ਜਾਂਦਾ ਵੀ ਭਾਈ ਪਹਿਲੀ ਗੱਲ ਤਾਂ ਅਸੀਂ ਪਿੰਡ 'ਚ ਹੀ ਆਪਣੀਆਂ ਜ਼ਰੂਰਤਾਂ ਪੂਰੀਆਂ ਕਰੀਏ ਜੇ ਫੇਰ ਵੀ ਕੋਈ ਚੀਜ਼ ਲੈਣ ਜਾਣਾ ਪੈਂਦਾ ਹੀ ਆ ਤੇ ਉੱਥੇ ਦੋ ਜਣੇ ਤਿੰਨ ਜਣੇ ਜਾਣ ਦੀ ਬਜਾਏ ਇੱਕ ਬੰਦਾ ਜਾਓ ਅੱਜ ਕੱਲ੍ਹ ਜੀ ਦੇਖੋ ਉਹ ਪਿੰਡਾਂ ਵਿੱਚ ਵੀ ਇਸ਼ਾਰਾ ਵਰਗੀਆਂ ਸਹੂਲਤਾਂ ਨੇ ਸਭ ਕੁਝ ਆ ਜਾਂਦਾ ਤਾਂ ਜਾਣ ਦੀ ਸਾਨੂੰ ਜ਼ਰੂਰਤ ਨਹੀਂ ਹੈਗੀ ਆਹ ਔਰ ਤੁਹਾਡੀ ਗੱਲ ਬੜੀ ਵਧੀਆ ਹੈ ਕਿ ਜੇ ਕੋਈ ਸ਼ੈ ਚਾਹੀਦੀ ਹੈ ਇਕੱਠੇ ਮੰਗਾ ਲਈਏ ਬਿਲਕੁਲ ਆਪਾਂ ਨੂੰ ਦੇਖੋ ਹੁਣ ਅਗਾ ਖੇਤੀ ਦਾ ਕੰਮ ਆਪਾਂ ਕਰਨਾ ਹੈ ਹਾਂ ਸੋ ਜੇ ਇਹ ਕੰਮ ਜੇ ਅਸੀਂ ਇਕੱਲੇ ਇਕੱਠੇ ਮਿਲ ਕੇ ਕਰਾਂਗੇ ਉਹ ਚ ਬਰਕਤ ਵੀ ਹੈ ਤੇ ਸਾਨੂੰ ਸਮਾਨ ਸਾਡੇ ਪਿੰਡਾਂ 'ਚ ਮਿਲ ਜੂ ਜਾਂਦੀ ਲੋੜ ਨਹੀਂ ਪਊ ਤੇ ਇਹ ਮਹਾਮਾਰੀ ਤੋਂ ਬਚਾਰੋ ਆਪਣਾ ਬਿਲਕੁਲ ਬਿਲਕੁਲ ਬੜੀ ਚੰਗੀ ਗੱਲ ਤੁਸੀਂ ਕੀਤੀ ਹਾਂ ਨਾਲੇ ਉਹਦੇ ਨਾਲ ਇਹ ਆ ਵੀ ਸਾਡਾ ਜਿਹੜਾ ਆਪਣਾ ਤੇ ਅਸੀਂ ਬਚਾ ਕਰ ਹੀ ਲਿਆ ਬਿਲਕੁਲ ਅਸੀਂ ਆਪਣੇ ਗਵਾਂਡੀਆਂ ਦਾ ਵੀ ਬਚਾ ਕਰ ਲਿਆ ਪੂਰੇ ਪਿੰਡ ਦਾ ਬਚਾ ਕਰ ਲਿਆ ਪੂਰੇ ਸਮਾਜ ਦਾ ਕੀਤਾ ਜੀ ਪੂਰੇ ਸਮਾਜ ਦਾ ਬਚਾ ਕਰ ਲਿਆ ਬਸ ਇਹੀ ਆ ਜਾਗਰੂਕ ਹੋਣ ਦੀ ਲੋੜ ਆ ਇਹ ਥੋੜ੍ਹੀ ਥੋੜ੍ਹੀਆਂ ਚੀਜ਼ਾਂ 'ਚ ਅਸੀਂ ਇਹਨਾਂ ਦਾ ਧਿਆਨ ਰੱਖੀਏ ਤੇ ਉਹ ਸਾਰਾ ਕੁਝ ਠੀਕ ਹੋ ਜਾਂਦਾ ਸਹੀ ਗੱਲ ਬਿਲਕੁਲ ਤੁਹਾਡੀ ਗੱਲ ਠੀਕ ਰਹੇਗੀ ਪਰ ਆਪਾਂ ਨੂੰ ਮੰਡੀਆਂ ਤਾਂ ਜਾਣਾ ਪੈਂਦਾ ਹਨਾ ਮੰਡੀ ਜਾਣਾ ਜ਼ਰੂਰੀ ਵੀ ਆ ਉੱਥੇ ਵੀ احتیاط ਨਾਲ ਜਾਓ ਹਾਂ ਬਿਲਕੁਲ ਹਾਂ ਬਿਲਕੁਲ ਪਾ ਆਏ ਆ ਸੁਣਾ ਦੀ ਬਿਲਕੁਲ ਸੁਣਾਓ ਜੀ ਬਿਲਕੁਲ ਸੁਣਾਓ ਜੀ ਸੋ ਅੱਜ ਜਿਹੜੇ ਮੰਡੀਆਂ ਦੇ ਭਾਅ ਆ ਰਹੇ ਆ ਜੀ ਉਹ ਇਦਾਂ ਆਲੂ ਜਲੰਧਰ ਵਿਖਿਆ 240 ਰੁਪਏ ਕੁਇੰਟਲ ਅੰਮ੍ਰਿਤਸਰ 400 ਰੁਪਏ ਕੁਇੰਟਲ ਮੁਕਸਰ 700 ਰੁਪਏ ਕੁਇੰਟਲ ਫਾਜ਼ਿਲਕਾ 900 ਰੁਪਏ ਮਾਨਸਾ 800 ਰੁਪਏ ਕੁਇੰਟਲ ਤੇ ਫਰੂਜ਼ਪੁਰ ਆਲੂ ਵਿਕੇ ਜੀ ਅੱਜ 500 ਰੁਪਏ ਕੁਆਂਟਲ ਕੁਆਂਟਲ ਜੀ ਪਿਆਜ਼ ਜਲੰਧਰ ਵਿਕੇ ਜੀ 1150 ਰੁਪਏ ਕੁਆਂਟਲ ਜੀ ਅੰਮ੍ਰਿਤਸਰ 1000 ਰੁਪਏ ਕੁਆਂਟਲ ਮੁਕਸਰ 1250 ਰੁਪਏ ਕੁਆਂਟਲ ਫਾਜ਼ਿਲਕਾ 1400 ਰੁਪਏ ਮਾਨਸਾ 1100 ਰੁਪਏ ਜੀ ਤੇ ਫਰੂਜ਼ਪੁਰ ਅੱਜ ਜਿਹੜਾ ਇਹ ਸੁੱਕੇ ਗੰਡੇ ਵਿਕੇ ਆ 1300 ਰੁਪਏ ਕੁਆਂਟਲ ਜੀ ਤੇਜਪਾਲ ਸਿੰਘ ਜੀ ਇਸ ਤੋਂ ਬਾਅਦ ਆ ਗਿਆ ਜੀ ਟਮਾਟਰ ਜਲੰਧਰ 500 ਰੁਪਏ ਕੁਆਂਟਲ ਅੰਮ੍ਰਿਤਸਰ 600 ਰੁਪਏ ਕੁਆਂਟਲ ਮੁਕਸਰ 850 ਰੁਪਏ ਕੁਆਂਟਲ ਫਾਜ਼ਲ ਕਾ 1200 ਰੁਪਏ ਮਾਨਸਾ 1400 ਰੁਪਏ ਕੁਇੰਟਲ ਤੇ 1100 ਰੁਪਏ ਕੁਇੰਟਲ ਟਮਾਟਰ ਵਿਕੇ ਅੱਜ ਫਿਰੋਜ਼ਪੁਰ ਜੀ ਮੰਡੀ ਦੇ ਵਿੱਚ ਬੈਂਗਣ ਬੈਂਗਣ ਜੀ ਜਲੰਧਰ ਮੰਡੀ ਵਿਕੇ 400 ਰੁਪਏ ਕੁਇੰਟਲ ਅੰਮ੍ਰਿਤਸਰ ਮੰਡੀ ਵਿਕੇ 700 ਰੁਪਏ ਕੁਇੰਟਲ ਮੁਕਸਰ 900 ਰੁਪਈਆ ਫਾਜ਼ਲ ਕਾ 1000 ਰੁਪਈਆ ਮਾਨਸਾ ਵੀ 1000 ਰੁਪਈਆ ਕੁਇੰਟਲ ਤੇ ਫਿਰੋਜ਼ਪੁਰ 650 ਰੁਪਈਏ ਕੁਇੰਟਲ ਬੈਂਗਣ ਵਿਕੇ ਜੀ ਜੀ ਕੀ ਇਹਦਾ ਜਿਹੜਾ ਅੱਜ ਪ੍ਰਾਈਸ ਆ ਜਿਹੜੀ ਅੱਜ ਕੀਮਤ ਆ ਉਹਦੀ ਉਹ ਹੈਗੀ ਆ ਜੀ 600 ਰੁਪਏ ਕੁਇੰਟਲ ਜਲੰਧਰ ਅੰਮ੍ਰਿਤਸਰ ਵੀ 600 ਰੁਪਏ 900 ਰੁਪਏ ਮੁਕਸਰਦੀ ਮੰਡੀ ਚ ਫਾਜ਼ਿਲਕਾ 1200 ਰੁਪਏ ਕੀ ਆਵੇ ਕਿਹਾ ਜੀ ਮਾਨਸਾ 1000 ਰੁਪਏ ਤੇ ਫਿਰੋਜ਼ਪੁਰ ਕੀ ਆਵੇ ਕਿਹਾ 800 ਰੁਪਏ ਕੁਇੰਟਲ ਜੀ ਮੰਡੀਆਂ ਦੇ ਭਾਅ ਆਪਾਂ ਸੁਣਾਉਂਦੇ ਆ ਬਿਲਕੁਲ ਜੀ ਤੇ ਡਾਕਟਰ ਸਾਹਿਬ ਹੁਣ ਅਸੀਂ ਤੁਹਾਡੇ ਨਾਲ ਜਿਹੜੀ ਗੱਲਬਾਤ ਜਿੱਦਾਂ ਆਪਾਂ ਥੋੜੀ ਜੀ ਗੱਲ ਕੀਤੀ ਸੀਗੀ ਤੇ ਮਹਾਮਾਰੀ ਦਾ ਦੌਰ ਆ ਸੋ ਅੱਜ ਜਿਹੜੀ ਅਸੀਂ ਤੁਹਾਡੇ ਨਾਲ ਗੱਲ ਕਰ ਰਹੀ ਆ ਉਹ ਡਾਕਟਰ ਸਾਹਿਬ ਇਹ ਹੈ ਕਰੋਨਾ ਸੰਕਟ ਦਾ ਖੇਤੀ ਤੇ ਪ੍ਰਭਾਵ ਵੈਕਸੀਨੇਸ਼ਨ ਤੇ ਸਾਵਧਾਨੀਆਂ ਆ ਅਹ ਟੀਕਾ ਕਰਨ ਬਾਰੇ ਵੀ ਥੋੜੀ ਗੱਲ ਕਰਾਂਗੇ ਬਿਲਕੁਲ ਬਹੁਤ ਜ਼ਰੂਰੀ ਹੈ ਤੇ ਕਿਸਾਨ ਵੀਰੋ ਤੇ ਭੈਣੋ ਤੁਸੀਂ ਇਸ ਵਿਸ਼ੇ ਤੇ ਕੋਈ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਫੋਨ ਕਰੋ ਡਾਕਟਰ ਸਾਹਿਬ ਤੁਹਾਡੀ ਗੱਲ ਦਾ ਜਵਾਬ ਦੇਣਗੇ ਤੁਸੀਂ ਸਾਡੇ ਫੋਨ ਨੰਬਰ ਜਿਹੜੇ ਉਹ ਨੋਟ ਕਰ ਲਓ ਸਾਡੇ ਫੋਨ ਨੰਬਰ ਨੇ 0181 281 4261 ਤੇ 0181 281 42 ਜਾਓ ਡਾਕਟਰ ਸਾਹਿਬ ਨੰਬਰ ਆਪਾਂ ਦੇ ਦਿੱਤੇ ਕਿਸਾਨ ਵੀਰ ਭੈਣ ਗੱਲ ਵੀ ਕਰਨਗੇ ਆਪਾਂ ਨਾਲ ਫੋਨ ਵੀ ਕਰਨਗੇ ਜਦ ਤੱਕ ਕੋਈ ਫੋਨ ਉਹਦਾ ਉਹ ਤੱਕ ਆਪਾਂ ਗੱਲਬਾਤ ਸ਼ੁਰੂ ਕਰੀਏ ਠੀਕ ਹੈ ਆਪਾਂ ਹੁਣ ਖੇਤੀਬਾੜੀ ਵਾਲੇ ਬੰਦੇ ਆ ਖੇਤੀਬਾੜੀ ਸਾਡਾ ਕੰਮ ਆ ਖੇਤੀਬਾੜੀ ਸਾਡਾ ਧਰਮ ਆ ਸਭ ਕੁਝ ਖੇਤੀਬਾੜੀ ਆ ਹੁਣ ਇਹ ਜਿਹੜੀ ਮਹਾਮਾਰੀ ਪਈ ਆ 2019 ਤੋਂ ਸ਼ੁਰੂ ਹੋਈ ਹੈ ਨਾ 2020 ਲੰਘ ਗਿਆ 2021 ਆ ਗਿਆ ਇਹ ਹਾਲੇ ਤੱਕ ਵੀ ਚੱਲ ਸੋ ਚਾਲੀ ਚੱਲੀ ਜਾ ਰਹੀ ਆ ਆਪਾਂ ਕੰਮ ਕਰਨ ਵਾਲੇ ਬੰਦੇ ਆ ਹੁਣ ਇਹ ਦੱਸੋ ਵੀ ਇਹ ਮਹਾਮਾਰੀ ਜਿਹੜੀ ਐਡੀ ਲੰਬੀ ਚੱਲੀ ਆ ਇਹਦਾ ਸਾਡੇ ਖੇਤੀਬਾੜੀ ਦੇ ਉੱਤੇ ਕਿੰਨਾ ਕ ਸੰਕਟ ਤੇ ਕਿੰਨਾ ਕ ਪ੍ਰਭਾਵ ਪਿਆ ਜੀ ਬਿਲਕੁਲ ਸਹੀ ਗੱਲ ਤੇਜਪਾਲ ਜੀ ਬਿਲਕੁਲ ਤੁਸੀਂ ਠੀਕ ਆ ਕਿਉਂਕਿ ਪਿਛਲੇ ਸਮੇਂ ਚ ਜਦੋਂ ਇਹ ਕਰੋਨਾ ਮਹਾਮਾਰੀ ਦਾ ਦੌਰ ਸ਼ੁਰੂ ਹੋਇਆ ਜੀ ਕਿ ਉਸ ਸਮੇਂ ਤੇ ਸਾਡੀ ਜਿਹੜੀ ਆਪਣੇ ਸੋਣੀ ਦੀ ਜਿਹੜੀ ਬਜਾਈ ਸੀ ਉਹ ਸ਼ੁਰੂ ਹੋਣ ਵਾਲੀ ਸੀ ਬਿਲਕੁਲ ਔਰ ਸਾਡੇ ਲੇਬਰ ਦੀ ਇੱਕਦਮ ਸਮੱਸਿਆ ਸਾਨੂੰ ਉੱਥੇ ਆ ਗਈ ਕਿਉਂਕਿ ਝੋਨੇ ਦੀ ਲਵਾਈ ਕਰਨੀ ਸੀ ਅਸੀਂ ਇਸ ਤੋਂ ਇਲਾਵਾ ਕਿਉਂਕਿ ਇਹ ਖੇਤੀ ਇਨਪੁਟਸ ਜਿਹੜੇ ਨੇ ਉਹ ਹੋਣੇ ਸੀ ਜੀ ਰੇਲਵੇ ਜਿਹੜੀ ਹੈ ਉਹਨਾਂ ਦੀ ਨਾ ਹੋਣ ਕਰਕੇ ਗਾਂ ਲੇਬਰ ਸਮੱਸਿਆ ਆ ਗਈ ਕਿਵੇਂ ਇਹਨੂੰ ਆਪਾਂ ਗੱਡੀਆਂ 'ਚ ਭੇਜਣਾ ਕਿਉਂਕਿ ਜੇ ਲੇਬਰ ਹੋਏਗੀ ਤਾਂ ਹੀ ਇਹ ਉਤਰਾਈ ਚੜਾਈ ਹੋਏਗੀ ਸੋ ਇਸ ਤਰੀਕੇ ਨਾਲ ਜਿਹੜਾ ਸਾਡੀ ਕਿਉਂਕਿ ਜਿਹੜਾ ਸਾਡਾ ਖੇਤੀ ਦਾ ਧੰਦਾ ਇਹ ਸਾਰਾ ਸਾਲ ਕੋਈ ਨਾ ਕੋਈ ਇਹਦਾ ਹੀ ਆਪਰੇਸ਼ਨ ਚੱਲਦਾ ਰਹਿੰਦਾ ਹਾਂਜੀ ਔਰ ਸਾਨੂੰ ਇਹਦੇ ਬਾਰੇ ਸਾਨੂੰ ਕਿਉਂਕਿ ਲੇਬਰ ਦੀ ਜਿਹੜੀ ਹੈ ਲੋਡ ਪੈਂਦੀ ਰਹਿੰਦੀ ਹੈ ਬਿਲਕੁਲ ਔਰ ਅਸੀਂ ਮੰਡੀ ਵੀ ਜਾਣਾ ਫਿਰ ਕੋਈ ਖੇਤੀ ਦੇ ਇਨਪੁਟਸ ਜਾ ਕੇ ਖਾਦਾਂ ਜਿਹੜੇ ਦਵਾਈਆਂ ਉਹ ਵੀ ਲੈ ਕੇ ਆਉਣੀਆਂ ਨੇ ਸੋ ਇਹ ਸਾਨੂੰ ਇਹਦੇ ਵਿੱਚ ਲਿਆਉਣ ਤੇ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਨੂੰ ਸਾਹਮਣਾ ਕਰਨਾ ਪਿਆ ਔਰ ਕਿਸਾਨਾਂ ਨੇ ਇਹ ਕਾਫੀ ਹੱਦ ਤੱਕ ਇਹਨੂੰ ਕਿਉਂਕਿ ਲੇਬਰ ਦੀ ਜਦੋਂ ਸਮੱਸਿਆ ਆਈ ਤੇ ਇਹਦੇ ਵਿੱਚੋਂ ਇੱਕ ਬਹੁਤ ਸਾਰੇ ਜਿਹੜੀ ਜਿਹੜੇ ਪੇਟੀਸ਼ਨ ਜਦੋਂ ਖੇਤੀਬਾੜੀ ਵਿਭਾਗ ਵੱਲੋਂ ਸੀ ਉਹਨਾਂ ਨੂੰ ਅਸੀਂ ਸਲਾਹ ਦਿੱਤੀ ਜਾਂ ਉਹਨਾਂ ਦੀ ਸਮੇਂ-ਸਮੇਂ ਦੇ ਤਕਨੀਕੀ ਜਾਣਕਾਰੀ ਦਿੱਤੀ ਔਰ ਉਹਨਾਂ ਨੂੰ ਅਸੀਂ ਕਿਉਂਕਿ ਜਿਵੇਂ ਕੋਰੋਨਾ ਮਹਾਮਾਰੀ ਦਾ ਦੌਰ ਸੀ ਅਸੀਂ ਕੋਸ਼ਿਸ਼ ਕੀਤੀ ਪਏ ਇਹ ਸਾਰੇ ਜਿਹੜੇ ਇਨਪੁਟ ਸੀ ਕਿਸਾਨਾਂ ਨੂੰ ਉਹਨਾਂ ਦੀ ਡੋਰ ਤੇ ਵਿੱਚ ਮਹੀਆ ਕਰਇ ਕਰਾਏ ਜਾਣ। ਸੋ ਇਸੇ ਤਰ੍ਹਾਂ ਜੇਕਰ ਉਹਨਾਂ ਦੀਆਂ ਕੋਈ ਕਟਾਈ ਜਾਂ ਆਪਣੇ ਹੁੰਦੀ ਸੀ ਉਸ ਟਾਈਮ ਤੇ ਉਹਨਾਂ ਦੀਆਂ ਜਿਹੜੀਆਂ ਕੰਬਾਈਨਾ ਸੀ ਉਹ ਵੀ ਅਸੀਂ ਕੋਸ਼ਿਸ਼ ਕੀਤੀ ਵੀ ਇਹਨਾਂ ਕਿਸਾਨਾਂ ਨੂੰ ਉਹਨਾਂ ਨੂੰ ਸੈਨੀਟਾਈਜ਼ ਕਰਨ ਵਾਸਤੇ। ਸੋ ਜੇ ਗੱਲ ਕਰੀਏ ਪ੍ਰਭਾਵ ਦੇ ਪ੍ਰਭਾਵ ਬਹੁਤ ਪਿਆ। ਕਿਸੇ ਵੀ ਖੇਤਰ ਦੀ ਗੱਲ ਕਰ ਲਈਏ ਡਾਕਟਰ ਸਾਹਿਬ ਨੇ ਕਿਹਾ ਮੈਂ ਸਮਝਦਾ ਕਿ ਕੋਈ ਵੀ ਐਸਾ ਖੇਤਰ ਨਹੀਂ ਜਿਹੜੇ ਤੇ ਇਸ ਮਹਾਮਾਰਨੇ ਪ੍ਰਭਾਵ ਨਹੀਂ ਪਾਇਆ। ਦੇਖੋ ਗੁਲਾਟੀ ਸਾਹਿਬ ਸਭ ਤੋਂ ਵੱਡੀ ਗੱਲ ਇਹ ਆ ਖੇਤੀਬਾੜੀ ਹੁਣ ਜਿਹੜੀ ਆ ਨਾ ਉਹ ਬਦਲ ਗਈ। ਜੀ ਹੁਣ ਉਹ ਤਾਂ ਹੈ ਨਹੀਂ ਭਈ ਮਾਰੂ ਬੀਜ ਦੀ ਵੜ ਲਈ ਹਨਾ ਹੁਣ ਖੇਤੀਬਾੜੀ ਤਕਨੀਕ ਦੀ ਆ ਹੁਣ ਉਹ ਜਦੋਂ ਤਕਨੀਕ ਆ ਗਈ ਸਾਡੇ ਖੇਤੀਬਾੜੀ ਦਾ ਵਿਸਥਾਰ ਹੋ ਗਿਆ ਵਾਕਿਆ ਹੀ ਗੱਲ ਉਹ ਡਾਕਟਰ ਸਾਹਿਬ ਦੀ ਸਹੀ ਆ ਵੀ ਸਾਨੂੰ ਕੰਮਿਆਂ ਦੀ ਵੱਧ ਲੋਡ ਪੈ ਗਈ ਦੇਖੋ ਹੁਣ ਜੇ ਸਾਡੇ ਕੋ ਕੰਮ ਕਰਨ ਵਾਲੇ ਹੀ ਹੈ ਨਹੀਂ ਕੰਮ ਚਲੇਗੇ ਆ ਜੇ ਪਿਛਲੇ ਮਾਰਚ ਦੀ ਗੱਲ ਕਰ ਲਈਏ ਕੰਮੇ ਸਾਰੇ ਨੇ ਆਪਣੇ ਪਿੰਡਾਂ ਨੂੰ ਚਲੇ ਗਏ ਡਾਕਟਰ ਸਾਹਿਬ ਦੇਖੋ ਕਾਮੇ ਵੀ ਤੁਰ ਗਏ ਫਿਰ ਆਪਾਂ ਜੇ ਗੱਲ ਕਰੀਏ ਜਿਸ ਨਾਲ ਤੇਜਪਾਲ ਸਿੰਘ ਨੇ ਕਿਹਾ ਕਿ ਤਕਨੀਕੀ ਗਿਆਨ ਵੀ ਚਾਹੀਦਾ ਬਿਲਕੁਲ ਇਹ ਸਾਰਾ ਕੁਝ ਦੇਖੋ ਤੁਸੀਂ ਬੜਾ ਵਧੀਆ ਉਪਰਾਲਾ ਕੀਤਾ ਕਿ ਪਿੰਡਾਂ 'ਚ ਖਾਦਾਂ ਦਵਾਈਆਂ ਪਹੁੰਚਾਉਣ ਦਾ ਉਪਰਾਲਾ ਕੀਤਾ ਸੈਨੀਟਾਈਜ਼ ਦਾ ਉਪਰਾਲਾ ਕੀਤਾ ਤਕਨੀਕੀ ਗਿਆਨ ਪਹੁੰਚਾਉਣ ਵਾਸਤੇ ਕਿਦਾਂ ਕੀ ਉਪਰਾਲੇ ਕੀਤੇ ਹੋ ਕੀ ਕਰ ਰਹੇ ਹੋ ਕਿਉਂਕਿ ਇਹ ਮਹਾਮਾਰੀ ਜਿਹੜੀ ਹੈ ਇਹ ਅਜੇ ਵੀ ਚੱਲਣ ਈ ਹੈ ਤਕਨੀਕੀ ਗਿਆਨ ਕਿਸਾਨ ਤੱਕ ਪਹੁੰਚਦਾ ਕਰਨਾ ਹੈ ਕਿਸਾਨ ਤੱਕ ਖਾਦਾਂ ਦਵਾਈਆਂ ਪਹੁੰਚਾਉਣੀਆਂ ਹੈ ਕਿਸਾਨ ਨੂੰ ਲੇਬਰ ਦੀ ਮੁਹਈਆ ਕਰਵਾਉਣੀ ਹੈ ਔਰ ਕਿਸਾਨ ਨੂੰ ਇਹ ਵੀ ਆਪਾਂ ਮੁਹਈਆ ਕਰਾਉਣਾ ਕਿਤੇ ਕਿਸਾਨ ਜਿਹੜੀ ਮਸ਼ੀਨਰੀ ਵਰਤਣ ਡਿਆ ਉਹ ਕਿਤੇ ਉਹ ਉਹ ਅਫੈਕਟਡ ਤੇ ਨਹੀਂ ਹੈ ਉਹ ਤੇ ਵਾਇਰਸ ਤੇ ਨਹੀਂ ਹੈ ਸੋ ਇਹ ਸਾਰੇ ਕੰਮ ਤੁਸੀਂ ਕਿਵੇਂ ਕਰ ਰਹੇ ਹੋ ਅੰਗਰੇਜ਼ੀ ਜੀ ਗੱਲ ਹੈ ਬਿਲਕੁਲ ਤੁਸੀਂ ਠੀਕ ਕੀਤੀ ਹੈ ਕਿਉਂਕਿ ਪਿਛਲੇ ਸਮੇਂ 'ਚ ਜਦੋਂ ਕਰੋਨਾ ਦਾ ਦੌਰ ਚੱਲਿਆ ਅਸੀਂ ਕਿਸਾਨਾਂ ਨੂੰ ਕਿਉਂਕਿ ਉਸ ਸਮੇਂ ਤੇ ਸਾਨੂੰ ਬੜਾ ਸਾਡਾ ਫਿਕਰ ਸੀ ਕਿਉਂਕਿ ਕਿਸਾਨਾਂ ਦੀ ਜਿਹੜੀ ਹੈ ਖੇਤੀ ਨੂੰ ਆਪਾਂ ਕਿਵੇਂ ਇਹਨਾਂ ਦੇ ਜਿਹੜੇ ਸਮੱਸਿਆਵਾਂ ਆਉਣੀਆਂ ਉਹਨਾਂ ਨੂੰ ਜਾਰ ਦਵਾਈਏ ਸੋ ਇਹ ਸਭ ਤੋਂ ਪਹਿਲਾਂ ਤੇ ਅਸੀਂ ਕਿਸਾਨ ਕਿਉਂਕਿ ਅਸੀਂ ਬਲਾਕ ਪੱਧਰ ਤੇ ਔਰ ਜ਼ਿਲ੍ਹਾ ਪੱਧਰ ਤੇ ਕੈਂਪ ਲਗਾਉਂਦੇ ਸੀ ਉਹ ਸਾਡੇ तकरीबन ਜਿਹੜੇ ਕੈਂਪ ਸੀ ਉਹ ਨਾਂ ਲੱਗਣ ਕਰਕੇ ਫਿਰ ਅਸੀਂ ਕਿਸਾਨਾਂ ਨੂੰ ਆਪਣੇ ਸਾਡੇ ਵਟਸਐਪ ਗਰੁੱਪ ਸੀ ਫਿਰ ਕੋਈ ਜਿਹੜੇ ਵਰਚੁਅਲ ਜਿਹੜੇ ਅਸੀਂ ਅਗਾਹ ਵਧੂ ਸਾਡੇ ਕਿਸਾਨ ਸੀ ਜਾਂ ਸਾਡੇ ਕਿਸਾਨ ਮਿੱਤਰ ਸੀ ਉਹਨਾਂ ਨੂੰ ਅਸੀਂ ਅਹੀਂ ਆਪਣੇ ਜੜੀਏ ਵੈਬਨਾਰ ਰਾਹੀਂ ਉਨਾ ਨੂੰ ਜਗਰ ਕੀਤਾ ਉਹਨਾਂ ਕਿਸਾਨਾਂ ਨੇ ਗਾਂ ਸਾਡੇ ਪਿੰਡਾਂ ਚ ਅਸੀਂ ਪਿੰਡਾਂ ਚ ਅਨਾਉਂਸਮੈਂਟਾਂ ਕਰਾਈਆਂ ਕਿ ਅਸੀਂ ਕਿਵੇਂ ਇਸ ਕਰੋਨਾ ਮਹਾਮਾਰੀ ਦੇ ਦੌਰਾਨ ਅਸੀਂ ਆਪਣੇ ਜਿਹੜੇ ਹੈ ਮਸ਼ੀਨਰੀ ਨੂੰ ਕਿਵੇਂ ਆਪਾਂ ਸੈਨੀਟਾਈਜ਼ ਕਰੀਏ ਫਿਰ ਜੇ ਕੋਈ ਮੰਨ ਲਓ ਲੇਬਰ ਸਾਡੇ ਆਉਂਦੀ ਏ ਕਟਾਈ ਵਾਸਤੇ ਜਾਂ ਸਾਡੇ ਝੋਨੇ ਦੀ ਲਵਾਈ ਵਾਸਤੇ ਅਸੀਂ ਉਹ ਲੇਬਰ ਨੂੰ ਕਿਵੇਂ ਅਸੀਂ ਆਪਣੇ ਉਹਨਾਂ ਦੇ ਹੱਥ ਤਵਾਉਣੇ ਨੇ ਫਿਰ ਅਸੀਂ ਪਿੰਡ ਤੋਂ ਬਾਹਰ ਕਿਵੇਂ ਉਹਨਾਂ ਦੀ ਇੱਕ ਐਸੀ ਜਗ੍ਹਾ ਰਹਿائش ਰੱਖੂ ਜਿੱਥੇ ਕਿ ਸਾਡਾ ਉਹਨਾਂ ਦਾ ਬਚਾਅ ਹੋ ਸਕੇ ਖਾਣੇ ਪੀਣੇ ਦਾ ਦਾ ਵਖਰਾ ਪ੍ਰਬੰਧ ਕੀਤਾ ਜਾ ਸਕੇ ਹਾਂ ਜੀ ਦੱਸ ਸਾਹਿਬ ਇਹ ਆਪਾਂ ਗੱਲ ਜਾਰੀ ਰੱਖਦੇ ਹਾਂ ਇੱਕ ਫੋਨ ਆਇਆ ਜੀ ਜੀ ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੌਣ ਸਾਹਿਬ ਬੋਲਦੇ ਹੋ ਕਿਹੜੇ ਪਿੰਡ ਤੋਂ ਬੋਲਦੇ ਹੋ ਸੁਖਦੇਵ ਸਿੰਘ ਗੁਰੂ ਬੋਲਦਾ ਜੀ ਪਿੰਡ ਪੰਜਾਬਾ ਜਿਹੜਾ ਸ੍ਰੀ ਗੁਰੂਕੰਵਰ ਸਾਹਿਬ ਤੋਂ ਜੀ ਜੀ ਸੁਖਦੇਵ ਸਿੰਘ ਜੀ ਸਵਾਲ ਪੁੱਛੋ ਜੀ ਹਾਂ ਜੀ ਬੇਨਤੀ ਹੈ ਆਪਣੇ ਪੇਜਪਾਲ ਜੀ ਜੀ ਸਾਵਧਾਨੀ ਵਿੱਚ ਵੀ ਸਾਵਧਾਨੀ ਆ ਬਿਲਕੁਲ ਪਰ ਕਿਤੇ ਨਾ ਕਿਤੇ ਜਾ ਕੇ ਕਿਸੇ ਵੇਲੇ ਸਾਡੀ ਮਜਬੂਰੀ ਵੀ ਬਣ ਜਾਂਦੀ ਉਦੋਂ ਵੀ ਕਿਸੇ ਵੇਲੇ ਸਾਵਧਾਨੀ ਤੋਂ ਪਤਾ ਹੀ ਵੀ ਕਰਦੇ ਅੱਜ ਨਾ ਮੰਡ ਕਲ ਮੰਡੀਆਂ ਦੇ ਵਿੱਚ ਕਣਕ ਦੀ ਤਲਾਈ ਚੱਲ ਰਹੀ ਹੈ ਜੀ ਬੜੇ ਕਿਸਾਨ ਵੀਰ ਆ ਜਿਹੜੇ ਉਹ ਪਾਸੇ ਪਿੰਡਾਂ ਤੋਂ ਆ ਰਹੇ ਆ ਦੂਰ ਦੇ ਪਿੰਡਾਂ ਤੋਂ ਵੀ ਆ ਰਹੇ ਆ ਤੇ ਜਿਹੜੇ ਧਾਣਕੇ ਵਗੈਰਾ ਜਾਂ ਟੋਲੇ ਵਗੈਰਾ ਉਹ ਵੀ ਕਈ ਜਿਹੜੀ ਮੰਨ ਲਓ ਯੂਪੀ ਵਗੈਰਾ ਤੋਂ ਵੀ ਚਾਹੀਏ ਫਿਰ ਟਰਾਂਸਫਰ ਹੋਣਗੇ ਜੀ ਬਿਲਕੁਲ ਜੀ ਆਉਂਦੇ ਆ ਉਹਨਾਂ ਨੂੰ ਕੁਛ ਨਾ ਚੋਣਾ ਦੀ ਜਿਹੜੇ ਇਸ ਟਾਈਮ ਜਿਹੜੀ ਮਿੰਡਗਾਂ ਦੀ ਸਥਿਤੀ ਆ ਉਹਦੇ ਵਿੱਚ ਤੁਸੀਂ ਕਿਸ ਤਰ੍ਹਾਂ ਦੀਆਂ ਸੂਟਾਂ ਕਿਸਾਨ ਵੀਰਾਂ ਤੱਕ ਪਹੁੰਚਾ ਰਹੇ ਹੋ ਪਿੰਡਾਂ ਦੇ ਵਿੱਚ ਕਿਸ ਤਰ੍ਹਾਂ ਦੀ ਸੂਟ ਜਿਹੜੀ ਤੁਸੀਂ ਦੇ ਰਹੇ ਹੋ ਤਾਂ ਜੋ ਕਰੋਨਾ ਤੋਂ ਜਿਹੜਾ ਉਹ ਬਚਾਅ ਕੀਤਾ ਜਾ ਜੀ ਜੀ ਇਹੋ ਹੀ ਮਾਈਗ੍ਰੇਸ਼ਨ ਨਾਲ ਹੀ ਸੰਬੰਧਤ ਗੱਲਾਂ ਬਾਤਾਂ ਨੇ ਜਾਲਾ ਜਿਹੜੀਆਂ ਬਿਲਕੁਲ ਸਹੀ ਕਿਸਾਨ ਵੀਰ ਨੇ ਬਹੁਤ ਵਧੀਆ ਸਵਾਲ ਕੀਤਾ ਕਿਉਂਕਿ ਸਾਡੇ ਕਿਸਾਨਾਂ ਨੂੰ ਇਸ ਜਾਂ ਜਾਂ ਲੇਬਰ ਸਾਡੀ ਲੱਗੀ ਏ ਉਹਨਾਂ ਨੂੰ ਅਸੀਂ ਬਕਾਇਦਾ ਸੇ ਸਾਡੇ ਜਿਹੜਾ ਵਿਭਾਗ ਨੇ ਉਹਨਾਂ ਨੂੰ ਉਹਨਾਂ ਨੂੰ ਜਾਗਰੂਕ ਕਰਦੇ ਹੋਏ ਕਿਉਂਕਿ ਜੇ ਲੇਬਰ ਆ ਤੇ ਉਹ ਵੱਖਰੇ ਵੱਖਰੇ ਕਿਵੇਂ ਸੈਨੀਟਾਈਜ਼ ਉਹਨਾਂ ਨੇ ਕਰਨਾ ਹੱਥ ਕਿਵੇਂ ਧੋਣਾ ਬਕਾਇਦਾ ਉੱਥੇ ਸਾਡੇ ਮੰਡੀਆਂ ਦੇ ਵਿੱਚ ਹੱਥ ਧੋਣ ਵਾਸਤੇ ਜਾਂ ਸੈਨੀਟਾਈਜ਼ਰ ਜਾਂ ਉਹਨਾਂ ਨੂੰ ਆਪਣੀ ਡਿਸਟੈਂਸ ਕਿਵੇਂ ਮੇਨਟੇਨ ਕਰਨੀ ਹੈ ਮੂੰਹ ਟੱਕ ਕੇ ਆਪਾਂ ਕੰਮ ਕਰਨਾ ਸੋ ਇਹ ਜਿਹੇ ਅਸੀਂ ਉੱਥੇ ਜਾ ਕੇ ਉਹਨਾਂ ਨੂੰ ਔਰ ਬਕਾਇਦਾ ਮੈਂ ਆਪ ਵੀ ਜਾ ਕੇ ਮੰਡੀਆਂ ਚ ਵਿਜ਼ਿਟ ਕੀਤਾ ਔਰ ਬਕਾਇਦਾ ਜਿਹੜੇ ਉਹ ਲੇਬਰ ਨੇ ਆਪਣੇ ਡਿਸਟੈਂਸ ਮੈਂਟ ਪਿੰਡ ਰੱਖ ਕੇ ਔਰ ਕੰਮ ਕਰ ਰਹੇ ਨੇ ਔਰ ਆਪਣਾ ਮੂੰਹ ਵਗੈਰਾ ਟੱਕ ਰਹੇ ਨੇ ਸੋ ਇਹ ਜਿਹੇ ਜੜੀਆਂ ਚੀਜ਼ਾਂ ਅਪਣਾਉਂਦੇ ਹੋਏ ਸੋ ਇਹ ਜਿਹੜੀਆਂ ਸਾਡਾ ਜਿਹੜਾ ਮੰਡੀ ਕਰਨੇ ਆ ਉਹ ਅਸੀਂ ਜਿਹੜਾ ਨੇਪੜੇ ਚੱ ਰਿਆ ਜਾ ਰਿਹਾ ਬਿਲਕੁਲ ਜੀ ਇੱਥੇ ਮੈਂ ਸਮਝਦਾ ਕਿ ਫਰਜ਼ ਆਪਣਾ ਬੰਦਾ ਪਹਿਲਾਂ ਗੱਲ ਕੀਤੀ ਸੀਗੀ ਜੇ ਕੋਈ ਬਾਹਰੋਂ ਵੀ ਕਿਸਾਨ ਆਉਂਦਾ ਹੈ ਜਾਂ ਕਿਤੇ ਦੂਜੇ ਪਿੰਡਾਂ ਚੋਂ ਕਿਸਾਨ ਆਉਂਦੇ ਮੰਡੀ ਚ ਤੇ ਸਭ ਤੋਂ ਪਹਿਲਾਂ ਦਾ ਫਰਜ਼ ਬੰਦਾ ਕਿ ਮੈਂ ਆਪਣੇ ਆਪ ਨੂੰ ਬਚਾ ਕੇ ਰੱਖਾਂ ਮਾਸਕ ਲਾ ਕੇ ਰੱਖਾਂ ਤੇ 2 ਗਜ਼ ਦੀ ਦੂਰੀ ਜਿਹੜੀ ਬਣਾ ਕੇ ਉਹ ਜ਼ਰੂਰੀ ਹੈ ਉਹ ਜ਼ਰੂਰੀ ਹੈ ਤੇ ਬਾਕੀ ਟੀਕਾ ਕਰਨੇ ਵੀ ਜ਼ਰੂਰੀ ਬਿਲਕੁਲ 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 ਅੱਛਾ ਤੁਸੀਂ ਉਹ ਸੈਨੀਟਾਈਜੇਸ਼ਨ ਬਾਰੇ ਕੁਝ ਦੱਸਦੇ ਸੀ ਗੁਲਾਟੀ ਸਾਹਿਬ ਨੇ ਜਿਹੜਾ ਪੁੱਛਿਆ ਸੀ ਤੁਹਾਨੂੰ ਵੀ ਕਿਦਾਂ ਉਹ ਸਾਰਾ ਜ ਉ ਜਦੋਂ ਸਟਾਰਟ ਕੀਤਾ ਤੁਸੀਂ ਲੋਕਾਂ ਨੂੰ ਜਾਗਰੂਕ ਕਰਨਾ ਸ਼ੁਰੂ ਕੀਤਾ ਉਦੋਂ ਤੁਹਾਨੂੰ ਕਿਹੜੇ-ਕਿਹੜੀਆਂ ਮਤਲਬ ਮੁਸ਼ਕਲਾਂ ਆਈਆਂ ਲੋਕਾਂ ਤੱਕ ਪਹੁੰਚ ਕਰਨ ਚ ਕੁਝ ਤੇ ਤੁਸੀਂ ਕਿਹਾ ਵੀ ਅਸੀਂ ਵੈਬਿਨਾਰ ਵਗੈਰਾ ਲਾਇਆ ਕੋਈ ਹੋਰ ਖਾਸ ਗੱਲ ਜਿਹੜੀ ਤੁਸੀਂ ਅਸੀਂ ਦੇਖੋ ਜੀ ਅਸੀਂ ਉਸ ਸਮੇਂ ਤੇ ਸੋਡੀਅਮ ਹਾਈਪੋਕਲਾਈਟ ਜਿਹੜੀ ਦਵਾਈ ਸੀ ਜੀ ਜੀ ਉਹ ਅਸੀਂ ਕਿਸਾਨਾਂ ਨੂੰ ਫ੍ਰੀ ਆਫ ਕੋਸਟ ਦੇ ਦਿੱਤੀ ਵੀ ਬਕਾਇਦਾ ਇਹ ਜਿਹੜੇ ਆਪਣੇ ਖੇਤੀ ਸੰਦ ਨੇ ਔਰ ਆਪਣੀ ਜੜੀਆਂ ਉਹਨਾਂ ਦੀਆਂ ਕੰਬਾਈਨਾਂ ਸੀ ਉਹਨਾਂ ਨੂੰ ਆਪਾਂ ਸੈਨੀਟਾਈਜ਼ ਕਰਨਾ ਕੋਈ ਕੰਮ ਤੋਂ ਬਾਅਦ ਜਦੋਂ ਸ਼ਾਮ ਨੂੰ ਪੈਂਦੀ ਹੈ ਬਕਾਇਦਾ ਉਹਨਾਂ ਤੇ ਸਪਰੇਅ ਕਰਕੇ ਔਰ ਜਿੱਥੇ ਜਿੱਥੇ ਜ਼ਿਆਦਾ ਹੱਥ ਲੱਗਦੇ ਨੇ ਉਹਨਾਂ ਨੂੰ ਸਪਰੇਅ ਕਰਕੇ ਉਹਨੂੰ ਆਪਾਂ ਇਹ ਮਤਲਬ ਕਰੋਨਾ ਜਿਹੜਾ ਘਟਾਉਣੂ ਨੇ ਉਹਨਾਂ ਤੋਂ ਮੁਕਤ ਕੰਮ ਕਰਨਾ ਸੋ ਇਹ ਜਿਹੜੇ ਉਹਨਾਂ ਨੂੰ ਪ੍ਰਕਾਸ਼ਨ ਜਿਹੜੇ ਸੀ ਫਿਰ ਅਸੀਂ ਲੇਬਰ ਸੀ ਜਿਹੜੀ ਬਕਾਇਦਾ ਉਹਨਾਂ ਨੂੰ ਦੱਸਿਆ ਕਿਸਾਨਾਂ ਨੂੰ ਜਿਹੜੀ ਕੋਈ ਲੇਬਰ ਤੁਹਾਡੇ ਕੋਲ ਆਈ ਉਹਨਾਂ ਨੂੰ ਵੱਖਰੇ ਤੌਰ ਤੇ ਰਹਿائش ਦਾ ਪ੍ਰਬੰਧ ਕੀਤਾ ਜਾਵੇ ਉਹਨਾਂ ਦੇ ਬਾਰ ਬਾਰ ਹੱਥ ਤੋਂ ਆਏ ਜਾਣ ਔਰ ਤੁਸੀਂ ਵੀ ਜਿਹੜੇ ਆ ਆਪਣੇ ਹੱਥ ਰੱਖੋ ਬਕਾਇਦਾ ਜਿਹੜੀ ਉਹ ਕੰਬਾਈਨਾ ਦੇ ਜਾਂ ਖੇਤੀ ਮਸ਼ੀਨਰੀ ਦੇ ਨਾਲ ਹੀ ਜਿਹੜੀ ਅਸੀਂ ਦਵਾਈ ਦਿੱਤੀ ਸੀ ਉਹਨਾਂ ਨੇ ਆਪਣੇ ਕੋਲ ਰੱਖੀ ਸੀ ਔਰ ਬਕਾਇਦਾ ਜਿਹੜਾ ਸਵੇਰੇ ਜਾਂ ਸ਼ਾਮ ਨੂੰ ਉਹ ਦੋ ਟਾਈਮ ਤੇ ਸਪਰੇਅ ਕਰਕੇ ਉਹ ਜਿਹੜੀ ਸੀ ਆਪਣੇ ਜਿਹੜੇ ਸੰਧ ਸੀ ਉਹਨਾਂ ਨੂੰ ਇਹ ਇਹਨਾਂ ਤੋਂ ਮੁਕਤ ਕਰਾਉਂਦੇ ਸੀ ਠੀਕ ਆ ਜੀ ਟੀਕਾਕਰਣ ਸ਼ੁਰੂ ਹੋ ਗਿਆ ਬਿਲਕੁਲ ਠੀਕ ਹੈ ਜੀ ਹੈਨਾ ਔਰ ਜਿੱਦਾਂ ਹੁਣ ਜ਼ੋਰ ਲੱਗਾ ਹੋਇਆ ਸਰਕਾਰ ਦਾ ਵੀ ਜ਼ੋਰ ਲੱਗਾ ਆ ਸਬੰਧਤ ਵਿਭਾਗਾਂ ਦਾ ਵੀ ਜ਼ੋਰ ਲੱਗਾ ਆ ਵੀ ਵੱਧ ਤੋਂ ਵੱਧ ਅਸੀਂ ਜਿਹੜੇ ਵੈਕਸੀਨੇਸ਼ਨ ਆ ਉਹ ਕਰ ਲਈਏ ਤੁਸੀਂ ਵੀ ਪਿੰਡਾਂ ਦੇ ਵਿੱਚ ਜਿੱਦਾਂ ਤੁਸੀਂ ਕਹਿੰਨੇ ਹੋ ਕਿ ਅਸੀਂ ਸੈਨੀਟਾਈਜੇਸ਼ਨ ਵੇਲੇ ਜ਼ੋਰ ਲਾਇਆ ਲੋਕਾਂ ਨੂੰ ਦੱਸਿਆ ਕਿਸਾਨ ਵੀਰਾਂ ਨੂੰ ਇਦਾਂ ਹੀ ਹੁਣ ਤੁਸੀਂ ਟੀਕਾ ਕਰਨ ਬਾਰੇ ਵੀ ਜਾਗਰੂਕ ਕਰਦੇ ਹੋਵੋਗੇ ਜਦੋਂ ਤੁਸੀਂ ਉਹ ਜਾਗਰੂਕ ਕਰਦੇ ਹੋ ਕਿੱਦਾਂ ਜਾਗਰੂਕ ਕਰਦੇ ਹੋ ਤੇ ਕਿਸਾਨਾਂ ਦਾ ਕੀ ਸਹਿਯੋਗ ਆ ਤੇ ਜਿਹੜੇ ਸਾਡੇ ਪਿੰਡ ਆ ਉਹ ਤੁਹਾਨੂੰ ਪਤਾ ਵੀ ਪੰਚਾਇਤਾਂ ਬਿਲਕੁਲ ਹੈਨਾ ਆਪਾਂ ਪੰਚਾਇਤ ਤੱਕ ਪਹੁੰਚ ਕਰਨੀ ਆ ਪੰਚਾਇਤਾਂ ਜਿਹੜੀਆਂ ਉਹ ਤੁਹਾਡਾ ਕਿੰਨਾ ਕੁ ਸਾਥ ਦੇ ਰਹੀਆਂ ਇਸ ਕੰਮ ਦੇ ਵਿੱਚ ਇਹਦੇ ਬਾਰੇ ਥੋੜਾ ਜਿਆ ਦੱਸੋ ਦੇਖੋ ਅਸੀਂ ਛੋਟੇ ਛੋਟੇ ਹੁਣ ਜਿਸ ਤਰ੍ਹਾਂ ਕੈਂਪ ਤੁਹਾਨੂੰ ਦੱਸਿਆ ਵੀ ਕੈਂਪ ਪਹਿਲਾਂ ਵੱਡੇ ਕੈਂਪ ਨਹੀਂ ਲਗਾਏ ਹੁਣ ਅਸੀਂ ਛੋਟੇ ਛੋਟੇ ਕੈਂਪ ਲਗਾਏ ਪਿਛਲੇ ਸਮੇਂ 'ਚ ਅਸੀਂ ਕਿਸਾਨਾਂ ਨੂੰ ਕਿਉਂਕਿ ਹੁਣ ਸਰਕਾਰ ਵੱਲੋਂ ਜਿਹੜਾ ਟੀਕਾ ਕਰਨ ਬਾਰੇ ਬਹੁਤ ਜਾਗਰੂਕ ਕੀਤਾ ਜਾ ਰਿਹਾ ਔਰ ਟੀਕਾ ਕਰਨ ਲੱਗ ਵੀ ਰਿਹਾ ਔਰ ਛੋਟ ਛੋਟੀਆਂ ਟੀਮਾਂ ਬਣਾ ਕੇ ਪਿੰਡਾਂ 'ਚ ਵੀ ਭੇਜ ਰਹੇ ਨੇ ਅਸੀਂ ਆਪਣੇ ਤੌਰ ਤੇ ਵੀ ਕਿਸਾਨਾਂ ਨੂੰ ਜਾਗਰੂਕ ਕਰ ਰਹੇ ਹਾਂ ਔਰ ਮੇਰੇ ਪੂਰਨ ਦਾ ਟੀਕਾ ਉਹ ਲਗਾਉਣਾ ਚਾਹੀਦਾ ਤਾਂ ਕਿ ਜਿਹੜਾ ਇਸ ਬਿਮਾਰੀ ਤੋਂ ਨजात ਮਿਲ ਸਕੇ ਸੋ ਜਿਹੜੇ ਹੋਰ ਵੀ ਸਾਡੇ ਸਿਹਤ ਸਹਿਤਾ ਗਰੁੱਪ ਨੇ ਉਹਨਾਂ ਨੂੰ ਇਸ ਪਾਸੇ ਆਉਣਾ ਚਾਹੀਦਾ ਔਰ ਅਸੀਂ ਬਕਾਇਦਾ ਸਾਡੇ ਜਿਹੜੇ ਸਟਾਫ ਆ ਉਹ ਕਿਸਾਨਾਂ ਨੂੰ ਦੱਸ ਰਹੇ ਨੇ ਵੀ ਇਹ ਜਿਹੜਾ ਇੰਜੈਕਸ਼ਨ ਜਿਹੜਾ ਆਪਣੇ ਨੂੰ ਬਚਾਉਣਾ ਇਹ ਨਹੀਂ ਵੀ ਇੰਜੈਕਸ਼ਨ ਲਗਾ ਲਿਆ ਔਰ ਮੈਂ ਮਤਲਬ ਨਿਸ਼ਚਿੰਤ ਹੋ ਗਿਆ ਲੇਕਨ ਇੰਜੈਕਸ਼ਨ ਲਾਉਣ ਤੋਂ ਬਾਅਦ ਵੀ ਉਹਨੂੰ ਪੂਰਾ ਉਹਨੇ ਆਪਣੀ احتیاط ਵਰਤਦੇ ਹੋਏ ਇਹ ਸਾਰੇ ਜਿਹੜੇ ਨੇ ਇਹ ਵਰਤਨੇ ਔਰ ਆਪਣਾ ਉਸੇ ਤਰ੍ਹਾਂ ਹੀ ਆਪਣਾ ਆਪ ਨੂੰ ਬਚਾ ਕੇ ਰੱਖਣਾ ਠੀਕ ਹੈ ਤੁਹਾਨੂੰ ਮਤਲਬ ਪੰਚਾਇਤਾਂ ਪੂਰਾ ਸਹਿਯੋਗ ਦੇ ਰਹੀਆਂ ਬਿਲਕੁਲ ਜੀ ਪੰਚਾਇਤਾਂ ਜਿਹੜੀਆਂ ਇਸ ਪ੍ਰੋਸੈਸ ਕਿਉਂਕਿ ਇੱਕ ਸਰਕਾਰੀ ਕੰਟਰੋਲ ਵਿੱਚ ਇਨਵੋਲਵ ਬਣੇ ਔਰ ਪੰਚਾਇਤ ਪੰਚਾਇਤਾਂ ਦਾ ਵੀ ਫਰਜ਼ ਬੰਦਾ ਕਿ ਇਹ ਸਾਰੇ ਜਿਹੜਾ ਕਰੋਨਾ ਦੇ ਜਿਹੜੇ ਇੰਜੈਕਸ਼ਨ ਨੇ ਉਹ ਇਹਨੂੰ ਸਫਲ ਬਣਾਇਆ ਜਾ ਸਕੀ ਠੀਕ ਹੈ ਜੀ ਔਰ ਦੇਖੋ ਜਿਵੇਂ ਤੁਸੀਂ ਗੱਲ ਕੀਤੀ ਨਾ ਪੰਚਾਇਤਾਂ ਦੀ ਮੈਂ ਸਮਝ ਲਿਆ ਕਿ ਆਪਾਂ ਨੂੰ ਪਿੰਡ ਪੱਦਰਤੇ ਬਿਲਕੁਲ ਇਕੱਠੇ ਲੀਏ ਹਾਂ ਪੰਚਾਇਤਾਂ ਬਣ ਚੁਣੀ ਆ ਜਪਾਂ ਚੁਣ ਕੇ ਬਣਾਈਆਂ ਪੰਚਾਇਤਾਂ ਇਕੱਠੇ ਮਿਲ ਕੇ ਲਈਏ ਵੀ ਆਪਾਂ ਸਾਡੇ ਪਿੰਡ ਆਓ ਜੀ ਲਾਓ ਕੈਂਪ ਲਾਓ ਹਾਂ ਉਹ ਸਰਕਾਰ ਮੁਫਤੀ ਲਾਣ ਈ ਤੇ ਹੁਣੇ ਵੀ ਹੋ ਗਿਆ ਡਾਕਟਰ ਸਾਹਿਬ ਕੇ 18 ਸਾਲ ਤੋਂ ਵੱਧ ਆ ਤੁਸੀਂ ਵਾਲੇ ਦੀ ਪਹਿਲੀ ਮਈ ਤੋਂ ਇਨਜੈਕਸ਼ਨ ਲਵਾ ਸਕਦੇ ਬਿਲਕੁਲ ਉਹਦੀ ਬਕਾਇਦਾ ਰਜਿਸਟ੍ਰੇਸ਼ਨ ਕਰਾ ਕੇ ਹਾਂ ਗੱਲ ਉਹੀ ਆ ਨਾ ਗੁਲਾਟੀ ਸਾਹਿਬ ਜਾਗਰੂਕ ਹੋਣ ਦੀ ਲੋੜ ਆ ਇੱਥੇ ਜਾਗਰੂਕਤਾ ਬਹੁਤ ਜ਼ਰੂਰੀ ਏ ਔਰ ਇਹ ਗੱਲ ਬੜੀ ਜਿਸਨਾਂ ਡਾਕਟਰ ਸਾਹਿਬ ਨੇ ਕਹੀ ਇਹ ਕਿ ਟੀਕਾ ਲਾ ਕੇ ਵੀ ਅਸਲੇ ਨਹੀਂ ਹੋਣਾ ਹਾਂ ਵੀ ਲੋ ਜੀ ਹੁਣ ਤੇ ਕੋਈ ਗੱਲ ਨਹੀਂ ਟੀਕਾ ਲੱਗ ਗਿਆ ਟੀਕਾ ਲਾਣ ਤੋਂ ਬਾਅਦ ਇਹ ਸਕੇਰ ਨੇ ਸਾਡੇ ਮਾਹਿਰ ਕਿ ਟੀਕਾ ਲਾਣ ਤੋਂ ਬਾਅਦ ਸਾਨੂੰ ਇhtiyat ਉਹੀ ਰੱਖਣੇ ਪੈਣੇ ਆ ਯਾ ਇਹ ਨਹੀਂ ਕਿ ਇਹ ਨਹੀਂ ਕਿ ਆਪਾਂ ਭੁੱਲ ਜਾਣਾ ਬਿਲਕੁਲ ਬਿਲਕੁਲ ਰੱਖਣੇ ਚਾਹੀਦੇ ਵੀ ਆ ਬਿਲਕੁਲ ਪੂਰਾ ਜੀ ਉਸੇ ਤਰ੍ਹਾਂ ਮਾਸਕ ਲਗਾ ਕੇ ਰੱਖੋ ਆਪਣੇ ਡਿਸਟੈਂਸ ਮੈਂਟੇਨ ਕਰਕੇ ਰੱਖੋ ਦੂਰੀ ਬਣਾ ਕੇ ਰੱਖੋ ਔਰ ਇਹ ਸਾਰਾ ਕੁਝ ਜਿਹੜਾ ਉਸੇ ਤਰ੍ਹਾਂ ਹੀ ਆਪਣੇ ਆਪ ਨੂੰ ਇhtiyat ਵਰਕਰ ਤਾਂ ਕਿ ਜਿਹੜਾ ਅਸੀਂ ਇਸ ਨੂੰ ਜੋ ਸਾਡੇ ਕਿਉਂਕਿ ਇਸ ਸਮੇ ਤੁਸੀ ਵੀ ਜਾਣਦੇ ਹੋ ਇਹ ਇਸ ਵੇਲੇ ਪੂਰਾ ਜੋਰ ਫੜਿਆ ਹੋਇਆ ਹੈ ਬਿਲਕੁਲ ਪਿਛਲੇ ਸਾਲ ਨਾਲੋਂ ਵੀ ਐਸੇ ਜ਼ੋਰ ਜਿਆਦਾ ਫੜਿਆ ਔਰ ਸਾਨੂੰ ਇਹ ਤੋਂ ਵੱਧ ਤੋਂ ਵੱਧ ਜਿਹੜਾ ਇਸ ਨੂੰ ਬਚਨ ਤੇ ਲਈ ਇੱਕ ਬਕਾਇਦਾ ਜਿਹੜਾ ਰੈਕਸੀਨੇਸ਼ਨ ਵੀ ਕਰਾਉਣੀ ਚਾਹੀਦੀ ਹੈ ਟੀਕੇ ਵੀ ਲਗਾਉਣੇ ਚਾਹੀਦੇ ਨੇ ਔਰ ਇਤਿਆਹਾਤ ਵੀ ਵਰਤਣੀ ਚਾਹੀਦੀ ਬਿਲਕੁਲ ਜੀ ਅੱਗੇ ਵੱਧ ਕੇ ਇੱਕ ਮੁਹਿੰਮ ਬਣਾਈ ਜਾਈ ਦੀ ਮੁਹਿੰਮ ਬਣਾਵਾਂਗੇ ਤੇ ਫਿਰ ਆਪਣਾ ਸਤੂਈ ਗੱਲ ਕੀਤੀ ਪਿੰਡਾਂ ਦਾ ਬਚਾ ਤੇ ਕਮ ਸੇ ਕਮ ਕਰੀਆ ਬਿਲਕੁਲ ਕਰੀਆ ਸ਼ਹਿਰਾਂ ਦੇ ਚਲੋ ਕਰ ਨਹੀਂ ਕਰਨਾ ਆਪਾਂ ਲੇਕਿਨ ਪਿੰਡਾਂ ਦੇ ਵਿੱਚ ਆਪਾਂ ਜਿਹੜਾ ਹਰਾਈਏ ਤੇ ਪਿੰਡਾਂ ਮੇਂ ਸਾਡੇ ਦੇਖੋ ਦੇਸ਼ ਹੀ ਪਿੰਡਾਂ ਦਾ ਦੇਸ਼ ਹੈ ਬਿਲਕੁਲ ਜਿਹੜਾ ਬਚਿਆ ਹੋਇਆ ਉਹਨੂੰ ਤਾਂ ਬਚਾਈਏ ਆ ਡਾਕਟਰ ਸਾਹਿਬ ਹੁਣ ਗੱਲ ਇਹ ਵੀ ਆਉਂਦੀ ਹੈ ਕਿ ਸਾਡੀ ਕਿਸਾਨੀ ਔਰ ਕਿਸਾਨੀ ਸਾਡਾ ਮੁਖਤੰਦ ਹੈ ਜਿੱਡੇ ਦਾ ਕੰਮ ਵੀ ਕਰਨੇ ਆ ਪੋਲਟਰੀ ਦਾ ਕੰਮ ਵੀ ਕਰਨੇ ਆ ਔਰ ਹੋਰ ਵੀ ਬੜੇ ਕੰਮ ਖੇਤੀ ਨਾਲ ਜੁੜੇ ਅਸੀਂ ਕਰਨੇ ਆ ਤੇ ਬਤੌਰ ਇੱਕ ਕਿਸਾਨ ਅਹ ਦੇਖੋ ਫਰਾਈ ਤੇ ਸਾਡੇ ਸਾਰਿਆਂ ਦੇ ਨੇ ਸਾਰਿਆਂ ਨੂੰ ਇਕੱਠੇ ਮਿਲ ਕੇ ਚੱਲਾਂਗੇ ਤੇ ਗੱਲ ਬਣਨੀ ਹੈ ਬਿਲਕੁਲ ਕਿਸਾਨੀ ਨਵੂ ਕੀ ਕਰਨ ਦੀ ਜ਼ਰੂਰਤ ਹੈ ਤੁਸੀਂ ਖੇਤੀਬਾੜੀ ਮਾਹਿਰ ਹੋ ਮੁੱਖ ਖੇਤੀ ਬੜੀ ਅਫਸਰ ਹੋ ਕਿਸਾਨ ਨੂੰ ਕੀ ਕਰਨਾ ਚਾਹੀਦਾ ਬਤੌਰ ਕਿਸਾਨ ਦੇ ਫਰਜ਼ ਕੀ ਨੇ ਤਾਂ ਕਿ ਉਹ ਇਸ ਮਹਾਮਾਰੀ ਤੋਂ ਆਪਣਾ ਬਚਾ ਕਰੇ ਦੂਜਿਆਂ ਦੇ ਬਚਾ ਕਰੇ ਆਪਣੇ ਪਰਿਵਾਰ ਦਾ ਹੀ ਬਚਾ ਕਰੇ ਹਾਂ ਤੇ ਉਹਦਾ ਕੰਮਕਾਰ ਵੀ ਚੱਲਦਾ ਰਹੇ ਕੰਮਕਾਰ ਵੀ ਚੱਲਦਾ ਰਹੇ ਬਿਲਕੁਲ ਗਰਾਟੀ ਸਾਹਿਬ ਕਿਉਂਕਿ ਹੁਣ ਕਿਸਾਨ ਜਿਹੜੇ ਕਿਉਂਕਿ ਇਹਨਾਂ ਦਾ ਹੁਣ ਜਿਸ ਤਰ੍ਹਾਂ ਆਪਾਂ ਹਾਂ ਹਾੜੀ ਜਿਹੜੀ ਕਟਾਈ ਹੈ ਉਸ ਤੋਂ ਬਾਅਦ ਇਹਨਾਂ ਨੇ ਆਪਣੀ ਸੋਣੀ ਵਾਸਤੇ ਤਿਆਰੀ ਵੀ ਕਰਨੀ ਹੈ ਬਿਲਕੁਲ ਠੀਕ ਹੈ ਨਹੀਂ ਕੋਈ ਬਾਹਰ ਜਾ ਕੇ ਕੋਈ ਖਾਦ ਦਵਾਈ ਵੀ ਲਿਓਣੀ ਹੈ ਮੈਂ ਇਹਨਾਂ ਨੂੰ ਕਿਸਾਨਾਂ ਨੂੰ ਇਹ ਬੇਨਤੀ ਜ਼ਰੂਰ ਕਰਾਂਗਾ ਕਿ ਮੈਂ ਉੱਥੇ ਬਾਜ਼ਾਰ ਜਾਂ ਦੁਕਾਨ ਦਾ ਕਸ਼ਬੇ ਜਾਣ ਦੀ ਬਜਾਏ ਉਹ ਜਿਹੜੇ ਖੇਤੀ ਇਨਪੁਟਸ ਨੇ ਇਕੱਠੇ ਹੋ ਕੇ ਘਰੇ ਹੀ ਮੰਗਾ ਲੈਣ ਫੋਨ ਤੇ ਜਾਂ ਮੰਗਾ ਲੈਣ ਉੱਥੇ ਲਿਆ ਕੇ ਜਾਂ ਉੱਥੇ ਜਾਣ ਦੀ ਨਾ ਜ਼ਰੂਰਤ ਪਵੇ ਸੋ ਇਹ ਵਰਤ ਸਕਦੇ ਨੇ ਇਸ ਤੋਂ ਇਲਾਵਾ ਆਪਾਂ ਕਿਸਾਨ ਵੀਰਾਂ ਨੂੰ ਜ਼ਰੂਰ ਚਾਹੀਦਾ ਜੀ ਜੇ ਕੋਈ ਤੁਹਾਨੂੰ ਸਮੱਸਿਆ ਹੈ ਜਾਂ ਕੋਈ ਹੈਗੇ ਸਾਡੇ ਖੇਤੀਬਾੜੀ ਅਧਿਕਾਰੀਆਂ ਨਾਲ رابطہ ਕਰਨ ਜੇ ਕੋਈ ਉਹ ਜੀ ਕੋਈ ਸਮੱਸਿਆ ਹੈ ਤੇ ਉਹ ਸਿੱਧੀ ਫੋਨ ਤੇ ਜਿਹੜਾ ਉਹ ਟਾਈਪ ਕਰਕੇ ਉਹਦਾ ਹਾਲ ਕੀਤਾ ਜਾ ਸਕਦਾ ਹਮ ਅੱਛਾ ਹਾੜੀ ਤੇ ਚਲੋ ਹੁਣ ਚੱਕ ਲਈ ਸੋਣੀ ਦਾ ਟਾਈਮ ਆ ਤੁਸੀਂ ਗੱਲ ਵੀ ਥੋੜੀ ਜਿਹੀ ਸ਼ੁਰੂ ਕੀਤੀ ਵੀ ਸੋਣੀ ਦੇ ਟਾਈਮ ਤੇ ਔਰ ਬੜਾ ਮਤਲਬ ਨੂੰ ਸਮਝਾਓ ਮੱਤਾ ਪੂਰਨ ਸਮਾਂ ਆ ਮੁੱਖ ਫਸਲਾਂ ਆਉਣੀਆਂ ਸਾਡੀਆਂ ਸਰ ਕੁਛ ਹੋਣਾ ਆ ਇਹ ਸੋਣੀ ਦੇ ਵਿੱਚ ਕੋਈ ਖਾਸ ਹਦਾਇਤ ਜਿਹੜੀ ਆਮ ਨਾਲੋਂ ਹਟ ਕੇ ਹੋਵੇ ਜਾਂ ਆਪਣੇ ਜਿਹੜੇ ਆਪਣੇ ਕੰਮਿਆਂ ਦੀ ਗੱਲ ਕਾਪਾ ਕਰਦੇ ਆ ਕਿਉਂਕਿ ਕਾਮਿਆਂ ਦੀ ਜ਼ਰੂਰਤ ਬਹੁਤ ਪੈਂਦੀ ਹੈ ਹੈਨਾ ਤੇ ਉਹ ਕਿੱਦਾਂ ਮਤਲਬ ਉਹਨਾਂ ਨੂੰ ਕੋਈ ਦੱਸਦੇ ਹੋਂ ਤੁਸੀਂ ਵੀ ਜੇ ਉਹ ਅਰੇਂਜ ਕਰਨੇ ਆ ਲਿਆਉਣੇ ਆ ਕਿਤੇ ਉਹਦਾ ਕਿੱਦਾਂ ਲਿਆਉਣੇ ਆ ਜੇ ਉਹ ਤੁਹਾਡੇ ਕੋਲ ਪਹੁੰਚ ਗਏ ਆ ਤੇ ਉਹ ਕਿਹੜੀਆਂ-ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਉਹਨਾਂ ਦੀ ਰਹਿਣ ਸਹਿਣ ਕਿੱਦਾਂ ਉਹਨਾਂ ਨੂੰ ਸਮਝਾਉਣਾ ਸਾਰਾ ਕੁਝ ਦੱਸਦੇ ਹੋਂ ਤੁਸੀਂ ਹਾਂ ਬਿਲਕੁਲ ਜੀ ਜੇ ਜਿਸ ਤਰ੍ਹਾਂ ਹੁਣ ਜਿਹੜੀ ਸਾਡੀ ਸੋਣੀ ਦੀ ਜਿਹੜੀ ਹੈ ਤੇਜਪਾਲ ਜੀ ਜਦਾਂ ਬੁਜਾਰੀ ਜਿਹੜੀ ਹੈ ਜਿਸ ਤਰ੍ਹਾਂ ਗੁਰਦੀ ਸਾਹਿਬ ਨਾਲ ਹੋਇਆ ਡਿਸਕਸ ਵੀ ਆਪਾਂ ਇਹ ਹੁਣ ਸ਼ੁਰੂ ਕਰਨੀ ਹੈ ਉਸ ਤੋਂ ਪਹਿਲਾਂ ਸਾਨੂੰ ਤਿਆਰੀ ਵੀ ਕਰਨੀ ਪੈਣੀ ਹੈ ਬਿਲਕੁਲ ਠੀਕ ਨਹੀਂ ਸੋ ਜਿਸ ਤਰ੍ਹਾਂ ਸਾਨਾ ਨੂੰ ਆਪਾਂ ਪਹਿਲੀ ਦੇ ਸਲਾਹ ਦਿੰਨੇ ਆ ਕਿਉਂਕਿ ਪਿਛਲੇ ਸਮੇਂ ਚ ਇੱਕ ਨਵਾਂ ਮਜ਼ਬੂਤ ਇੱਕ ਤਜਰਬਾ ਹੋਇਆ ਕਿਉਂਕਿ तकरीबन ਸਿੱਧੀ ਬਜਾਈ ਹਾਂਜੀ ਜੇ ਕੋਈ ਅਸੀਂ ਕਿਸਾਨਾਂ ਨੂੰ ਵੀ ਕਹਿੰਨੇ ਆ ਵੀ ਭਾਈ ਆਪਣੇ ਖੇਤੀ ਖਰਚੇ ਘਟਾਓ ਬਿਲਕੁਲ ਜਿਹੜੀ ਸਿੱਧੀ ਬਜਾਈ ਹੈ ਸਾਡੀ ਅਸੀਂ ਕਹਿੰਨੇ ਆ ਵੀ ਝੋਨੇ ਨੂੰ ਕਦੂ ਕਰਨ ਦੀ ਬਜਾਏ ਸਿੱਧੀ ਬਜਾਈ ਜਿਹੜੀ ਹੈ ਉਹ ਤੁਸੀਂ ਝੋਨੇ ਦੀ ਲਵਾਈ ਕਰੋ ਕਿਉਂਕਿ ਇਹਦੇ ਨਾਲ ਇੱਕ ਤਾਂ ਸਾਡੀ ਲੇਬਰ ਜਿਹੜੀ ਹੈ ਸਾਨੂੰ ਲੋਡ ਨਹੀਂ ਪੈਂਦੀ ਸੋ ਮੈਂ ਸਮਝਦਾ ਪਿਛਲੇ ਸਾਲ ਤਕਰੀਬਨ ਕੋਈ ਤਕਰੀਬਨ 5 ਲੱਖ ਹੈਕਟੇਅਰ ਜਿਹੜੀ ਸਾਡੀ ਸੀ ਇਹ ਸਿੱਧੀ ਬਜਾਈ ਦੀ ਜਿਹੜੀ ਝੋਨੇ ਛੇਟ ਰੱਖਵਾ ਜੜਾ ਭਿੱਜਿਆ ਗਿਆ ਠੀਕ ਹੈ ਔਰ ਮੈਂ ਇਹੀ ਕਿਸਾਨਾਂ ਨੂੰ ਇਹ ਵੀ ਬੇਨਤੀ ਕਰਾਂਗਾ ਹੁਣ ਕਿ ਹੁਣ ਸਮਾਂ ਜਿਹੜਾ ਸਾਡਾ ਸੌਣੀ ਦਾ ਆਉਣ ਵਾਲਾ ਬਕਾਇਦਾ ਜਿਹੜਾ ਕੋਈ ਬੀਜ ਖਾਦ ਜੜੀ ਕੋਈ ਟੁਕਮੀ ਜੜੀ ਉਹਨਾਂ ਨੂੰ ਚਾਹੀਦੀ ਏ ਸ਼ਿਵਾਰਸ਼ ਜੀ ਉਹ ਬੰਦਬਸ ਜਿਹੜਾ ਆਪਣੇ ਤੌਰ ਤੇ ਕਰਨ ਔਰ ਜੇ ਕੋਈ ਚਾਹੀਦਾ ਤੇ ਵਿਭਾਗ ਨਾਲ ਕੀ ਜੇ ਜ਼ਰੂਰਤ ਹੈ ਤੇ ਉਹਨਾਂ ਨਾਲ ਵੀ ਰਾਬਤਾ ਕਰਨ ਔਰ ਵੱਧ ਤੋਂ ਵੱਧ ਜਿਹੜਾ ਸਿੱਧੀ ਬਜਾਈ ਹੇਠ ਜਿਹੜਾ ਰਕਬਾ ਹੈ ਉਹ ਜ਼ਰੂਰ ਲਿਆਉਣ ਔਰ ਦੂਸਰਾ ਮੈਂ ਜ਼ਰੂਰ ਇਹ ਬੰਦੀ ਕਰਾਂਗਾ ਕਿਉਂਕਿ ਹੁਣ ਆਪਾਂ ਕਰੋਨਾ ਮਹਾਂਮਾਰੀ ਦੀ ਜਿਹੜੀ ਗੱਲ ਕਰ ਰਹੇ ਸੀ ਕਿਉਂਕਿ ਹੁਣ ਇਸ ਸਮੇਂ ਪਿਛਲੇ ਸਾਲ ਨਾਲੋਂ ਜਿਹੜਾ ਵੱਧ ਜਿਹੜਾ ਇਹਦਾ ਪ੍ਰਕੋਪ ਅਸਰਿਆ ਹੂੰ ਸੋ ਕਿਉਂਕਿ ਇਸ ਵੇਲੇ ਜਿਹੜੀ ਹਾੜੀ ਦੀ ਕਟਾਈ ਕਿਸਾਨ ਕਰ ਰਹੇ ਨੇ ਮੈਂ ਜ਼ਰੂਰ ਬੇਨਤੀ ਕਰਾਂਗਾ ਕਿਉਂਕਿ ਸਾਡਾ ਵੀ ਫਰਜ਼ ਬੰਦਾ ਕਿਸਾਨਾਂ ਦਾ ਫਰਜ਼ ਬੰਦਾ ਕਿ ਇਹਦੀ ਰਹਿਣ ਖੁੰਦ ਜਿਹੜੀ ਹੈ ਨਾੜ ਦੀ ਉਹਨੂੰ ਅੱਗ ਨਾ ਨਾਉਣ ਤਾਂ ਜੋ ਇਹਦੇ ਇਹਦਾ ਹੋਰ ਜਿਹੜਾ ਪ੍ਰਕੋਪ ਜਿਹੜਾ ਅਸਰਿਆ ਉਹ ਸਾਡੇ ਲੋਕਾਂ ਦੇ ਆਮ ਜੀਵਨ ਜੀਵਨ ਤੇ ਜਾਂ ਸਿਹਤ ਤੇ ਪਵੇ ਹੂੰ ਸੋ ਇਹ ਮਜਰੂ ਬੇਨਤੀ ਸਹੀ ਗੱਲ ਹੈ ਜੀ ਫਿਰ ਅੱਗੇ ਲੜਨੇ ਆ ਤੇ ਧੂਆ ਹੁੰਦਾ ਤੇ ਉਹ ਧੂਆ ਦੇਖੋ ਉਹ ਸਾਰੀ ਬਿਮਾਰੀ ਜਿਹੜੀ ਕੋਰੋਨਾ ਵੀ ਉਹੀ ਚੀਜ਼ ਹੀ ਹੈ ਤੇ ਉਹਨੂੰ ਹੋਰ ਹੱਲਾਸ਼ੇਰੀ ਮਿਲ ਸਕਦੀ ਬਿਮਾਰੀ ਨੂੰ ਹਾਂ ਤੇ ਦਰਿਆ ਬੰਦਾ ਵੈਸੇ ਹੀ ਜੇ ਮੁੜ ਕੇ ਸਾਹ ਉਹਨੂੰ ਧੂਏ ਨਾਲ ਨਾ ਆਉਂਦਾ ਹੋਵੇ ਫਿਰ ਕੇ ਹਸਪਤਾਲ ਜਾ ਪਵੇ ਦੇਖੋ ਜੀ ਜਦੋਂ ਅੱਗ ਲੱਗਦੀ ਬਹੁਤ ਸਾਰੇ ਹਾਦਸੇ ਹੁੰਦੇ ਨੇ ਹੋ ਜਾਂਦੇ ਸਾਡੇ ਜਿਹੜੇ ਦਰਖਤ ਲਾਏ ਨੇ ਉਹ ਸੜ ਜਾਂਦੇ ਨੇ ਕਈ ਵਾਰੀ ਅੱਗ ਲੱਗਣ ਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਮਲੇ ਪਸ਼ੂ ਪੰਛੀ ਜੋ ਵੀ ਹੋਊੀ ਖਤਮ ਹੋ ਜਾਂਦੇ ਨੇ ਸੋ ਮੈਂ ਤੇ ਇਹ ਜ਼ਰੂਰ ਇਹਦੀ ਬਜਾਏ ਸਗੋਂ ਕਿਸਾਨਾਂ ਨੂੰ ਆਪਣੇ ਖੇਤਾਂ ਦੇ ਜਿੱਥੇ ਜਿੱਥੇ ਲੋੜ ਹੈਗੀ ਉੱਥੇ ਆਪਣੇ ਦਰਖਤ ਲਾਉਣ ਔਰ ਜਿਵੇਂ ਆਕਸੀਜਨ ਚਾਹੀਦੀ ਹੈ ਤਾਂ ਕਿ ਆਕਸੀਜਨ ਜਿਹੜੀ ਹੈ ਹੋਰ ਸਾਨੂੰ ਮਿਲ ਸਕੇ ਔਰ ਸਾਹ ਤੇ ਸੁੱਧ ਜੜੀ ਹੈ ਹਵਾ ਜੜੀ ਹੈ ਉਹ ਸਾਨੂੰ ਮਿਲ ਸਕੇ ਜੀ ਜਿੱਦਾਂ ਡਾਕਟਰ ਸਾਹਿਬ ਨੇ ਗੱਲ ਕੀਤੀ ਘਾਟੀ ਸਾਹਿਬ ਜੀ ਜੀ ਵੀ ਸਿੱਧੀ ਵਜਾਈ ਆ ਦੇਖੋ ਸਿੱਧੀ ਵਜਾਈ ਦਾ ਸਿਰਫ ਇਹੀ ਨਹੀਂ ਵੀ ਸਾਡੇ ਕੋਲ ਕੰਮੇ ਘੱਟ ਆਉਣਗੇ ਸਾਡੇ ਪੈਸੇ ਵੀ ਬਚਦੇ ਆ ਸਿੱਧੀ ਵਜਾਈ ਨਾ ਪੰਜਾਬ ਦੀ ਇਸ ਵੇਲੇ ਜਿਹੜੀ ਮੁੱਖ ਸਮੱਸਿਆ ਪਾਣੀ ਦੀ ਪੈਦਾ ਹੋ ਰਹੀ ਆ ਔਰ ਦੇਖੋ ਤੁਸੀਂ ਪਾਣੀ ਤੋਂ ਬਚਾਅ ਹੋ ਜਾਂਦਾ ਤੁਹਾਡੀ ਗੱਲ ਬਿਲਕੁਲ درست ਏ ਜਿੱਥੇ ਗੱਲ ਕੀਤੀ ਨਾ ਡਾਕਟਰ ਸਾਹਿਬ ਨੇ ਕਿ ਏ ਜੇ ਤੁਸੀਂ ਕਰੋਨਾ ਦੀ ਗੱਲ ਕਰਨੇ ਹੈ ਨਾ ਤੇ ਇਨਸਾਨ ਵਾਸਤੇ ਤਾਕਤ ਦੀ ਲੋੜ ਹੈ। ਦੇਖੋ ਕਹਿੰਦੇ ਨੇ ਵੀ ਤੁਹਾਡੀ ਇਮਿਊਨਿਟੀ ਸਟਰੋਂਗ ਹੋਣੀ ਚਾਹੀਦੀ ਹੈ ਤੇ ਇਸੇ ਤਰ੍ਹਾਂ ਜੇ ਅਸੀਂ ਆਪਣੀ ਜ਼ਮੀਨਾਂ ਦੀ ਇਮਿਊਨਿਟੀ ਸਟਰੋਂਗ ਕਰਾਂਗੇ ਜ਼ਮੀਨਾਂ ਨੂੰ ਮਜ਼ਬੂਤ ਕਰਾਂਗੇ ਆਪਣੀ ਜੇਬ ਨੂੰ ਮਜ਼ਬੂਤ ਕਰਾਂਗੇ ਹੁਣ ਖਰਚੇ ਬਚਾਉਣ ਦੀ ਵੀ ਜ਼ਰੂਰਤ ਹੈਗੀ। ਡਾਕਟਰ ਸਾਹਿਬ ਨੇ ਬੜੀ ਵਧੀਆ ਗੱਲ ਕੀਤੀ ਹੈ ਕਿ ਆਪਾਂ ਸਿੱਧੀ ਬਿਜਾਈ ਦੇ ਪਾਸੇ ਤੁਰੀਏ। ਡਾਕਟਰ ਸਾਹਿਬ ਹੁਣ ਸਿੱਧੀ ਬਿਜਾਈ ਦਾ ਸਮਾਵੀ ਤੁਸੀਂ ਦੱਸਿਆ ਕਿ ਬੜਾ ਜ਼ਰੂਰੀ ਹੈ ਤੇ ਸਾਡੇ ਪਿੰਡਾਂ ਦੇ ਵਿੱਚ ਅਜਿਹੇ ਸੋਚਾਂ ਵੀ ਉਬਰਣ ਡਈਆਂ ਹੈ। ਕਿ ਆਪਾਂ ਆਪਣੇ ਆਪ ਨੂੰ ਮਜ਼ਬੂਤ ਕਰਨਾ ਹੈ ਆਪਾਂ ਜ਼ਮੀਨਾਂ ਨੂੰ ਮਜ਼ਬੂਤ ਕਰਨਾ ਹੈ ਔਰ ਉਹ ਜ਼ਮੀਨਾਂ ਮਜ਼ਬੂਤ ਹੋਣਗੀਆਂ ਤਾਕਤਵਰ ਹੋਣਗੀਆਂ ਤੇ ਚੰਗੀ ਖੇਤੀ ਵੀ ਹੋਏਗੀ ਸੋ ਕਿੱਦਾਂ ਦੀ ਸੋਚ ਸਾਡਾ ਕਿਸਾਨ ਬਣਾਵੇ ਕਿਉਂਕਿ ਜਦੋਂ ਅਸੀਂ ਚੰਗੀ ਚੀਜ਼ ਪੈਦਾ ਕਰਾਂਗੇ ਤੇ ਉਹ ਚੀਜ਼ ਚੰਗੀ ਸ਼ਹਿਰ ਨੂੰ ਜਾਏਗੀ ਤੇ ਸ਼ਹਿਰੀ ਵੀ ਜਿਹੜੇ ਚੰਗੀ ਚੀਜ਼ ਖਾਣਗੇ ਇਮਿਊਨਿਟੀ ਬਣੂ ਉਹਨਾਂ ਦੀ ਵੀ ਮੇਰੇ ਉਟੀ ਬਣੂ ਸੋ ਕਿੱਦਾਂ ਦੀ ਉਪਰਾਲੇ ਕਿਸਾਨ ਵੀਰ ਕਰੇ ਤਾਂ ਕਿ ਇੱਕੋ ਕਿਸਾਨ ਅਗਰ ਮਜ਼ਬੂਤ ਹੈ ਤੇ ਇਹ ਮਹਾਮਾਰੀ ਨੂੰ ਮੈਂ ਸਮਝਦਾ ਕਿ ਆਪਾਂ ਕੰਟਰੋਲ ਕਰ ਪਾਉਂਦੇ ਹਾਂ ਬਿਲਕੁਲ ਦੇਖੋ ਅੰਗਲਟ ਜੀ ਪਹਿਲੀ ਦੀ ਗੱਲ ਇਹ ਆ ਵੀ ਮ ਪੀ ਆਪਾਂ ਸਿੱਧੀ ਬਜਾਈ ਦੀ ਗੱਲ ਕੀਤੀ ਹੈ ਸਿੱਧੀ ਬਜਾਈ ਜਿਹੜੀ ਇਹ ਮੈਂ ਖਾਸ ਤੌਰ ਤੇ ਜ਼ਰੂਰ ਐਡ ਕਰਨਾ ਚਾਹਾਂਗਾ ਵੀ ਇਹ ਦਰਮਿਆਨੀ ਤੋਂ ਭਾਰੀ ਜਿਹੜੀ ਜ਼ਮੀਨ ਹੈ ਉੱਥੇ ਕਰਨੀ ਚਾਹੀਦੀ ਹੈ ਜੀ ਹਲਕੀ ਮੈਂ ਹਲਕੀਆਂ ਜ਼ਮੀਨਾਂ 'ਚ ਨਹੀਂ ਕਰਨੀ ਚਾਹੀਦੀ ਇਸ ਤੋਂ ਇਲਾਵਾ ਜੇ ਆਪਾਂ ਮਿਨਿਟੀ ਦੀ ਗੱਲ ਕਰਦੇ ਆਂ ਤੇ ਸਾਨੂੰ ਇਹ ਜ਼ਰੂਰ ਦੇਖਣਾ ਚਾਹੀਦਾ ਹੈ ਵੀ ਜੇ ਖਾਦ ਦਵਾਈਆਂ ਜਿਹੜੀਆਂ ਨੇ ਉਹ ਬਿਲੋੜੀਆਂ ਸਾਨੂੰ ਆਪਣੇ ਖੇਤਾਂ 'ਚ ਨਹੀਂ ਪਾਉਣੀ ਚਾਹੀਦੀਆਂ ਔਰ ਖਾਸ ਤੌਰ ਤੇ ਜਿਹੜੀ ਰੂੜੀ ਖਾਦ ਜਾਂ ਇਹ ਜੀਆਂ ਚੀਜ਼ਾਂ ਜਿਹੜੀਆਂ ਪਾਉਣੀਆਂ ਚਾਹੀਦੀਆਂ ਸਾਡੀ ਜ਼ਮੀਨ ਜਿਹੜੀ ਇਹ ਉਹ ਉਹਦੀ ਜ਼ਮੀਨ ਦੀ ਸਿਹਤ ਸਾਡੀ ਸੁਧਾਰ ਹੋ ਸਕੇ ਇਸ ਤੋਂ ਇਲਾਵਾ ਜੇ ਮੰ ਕਣਕ ਦੀ ਗੱਲ ਕਰਦੇ ਆ ਜੇ ਪੂਰੀ ਡੀਏਪੀ ਪਾਈਏ ਤੇ ਝੋਨੇ ਦੀ ਫਸਲ ਦੇ ਵਾਸਤੇ ਸਾਨੂੰ ਡੀਏਪੀ ਪਾਉਣ ਦੀ ਲੋੜ ਨਹੀਂ ਇਹ ਸਾਡਾ ਜਿਹੜਾ ਖਰਚਾ ਹੈ ਬਲੋੜਾ ਵੱਧਾ ਪਰ ਇਹ ਆਮ ਤੌਰ ਤੇ ਤਜਰਬਿਆਂ 'ਚ ਸਾਨੂੰ ਅਸੀਂ ਦੇਖਿਆ ਵੀ ਜੇਕਰ ਅਸੀਂ ਡੀਏਪੀ ਖਾਦ ਜੇ ਆਪਾਂ ਕਣਕ ਨੂੰ ਪੂਰੀ ਪਾਈਏ ਤੇ ਝੋਨੇ ਨੂੰ ਨਾ ਪਾਈਏ ਤੇ ਸਾਡਾ ਝਾੜ ਜਿਹੜਾ ਉਹ ਬਰਾਬਰ ਆਉਂਦਾ ਬਿਲਕੁਲ ਸਹੀ ਆ ਇਹ ਇਸੇ ਉਪਰਾਲੇ ਕਰਕੇ ਅਸੀਂ ਜਿਹੜਾ ਇਹ ਖਰਚੇ ਆਪਣੇ ਸੋਲ ਮੁਲਾ ਕੇ ਗੱਲ ਕਰੀਏ ਤੇ ਮੇਰੇ ਹਿਸਾਬ ਨਾਲ ਡਾਕਟਰ ਸਾਹਿਬ ਨੇ ਜੀ ਗੱਲ ਕੀਤੀ ਇੱਕ ਤੇ ਮਜ਼ਬੂਤੀ ਆਪਣੀ ਵੀ ਚਾਹੀਦੀ ਏ ਜ਼ਮੀਨਾਂ ਦੀ ਮਜ਼ਬੂਤੀ ਚਾਹੀਦੀ ਚੰਗੀ ਚੀਜ਼ ਪੈਦਾਵਾਰ ਹੋਏਗੀ ਘੱਟ ਖਰਚੇ ਨਾਲ ਹੋਏਗੀ ਕਿਸਾਨੀ ਮਜ਼ਬੂਤ ਹੋਏਗਾ ਤੇ ਸ਼ਹਿਰੀ ਤਬਕਾ ਜਿਹੜਾ ਉਹ ਚੀਜ਼ ਨੂੰ ਖਾਂਦਾ ਹੈ ਬਿਲਕੁਲ ਉਹਦੀ ਇਮਿਊਨਿਟੀ ਵਧੇਗੀ ਜੀ 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 ਤੇ ਇਹ ਜਿਹੜੀ ਗੱਲ ਹੈਗੀ ਆ ਨਾ ਭਈ ਇਮਿਊਨਿਟੀ ਦੀ ਗੱਲ ਆ ਇਹ ਸਾਨੂੰ ਇਹਦੇ ਨਾਲ ਨਾਲ ਜਿਹੜਾ ਮੌਸਮ ਚੱਲਦਾ ਪਿਆ ਨਾ ਉਹਦਾ ਵੀ ਖਿਆਲ ਰੱਖਣਾ ਚਾਹੀਦਾ ਬਿਲਕੁਲ ਸਹੀ ਗੱਲ ਹੈ ਸਾਨੂੰ ਮੌਸਮ ਦੇ ਹਿਸਾਬ ਨਾਲ ਆਪਣਾ ਖਾਣਾ ਬਦਲ ਲੈਣਾ ਚਾਹੀਦਾ ਵੀ ਜਿਹੜੀ ਸਾਡੀ ਇਮਿਊਨਿਟੀ ਆ ਨਾ ਉਹ ਠੀਕ ਰਵੇ ਕਿਉਂਕਿ ਅਲੱਗ-ਅਲੱਗ ਸਮੇਂ ਦੇ ਅਲੱਗ-ਅਲੱਗ ਚੀਜ਼ਾਂ ਖਾਓ ਤਾਂ ਠੀਕ ਰਹਿੰਦਾ ਸੋ ਆਪਣੇ ਕੋਲ ਤਾਪਮਾਨ ਆਇਆ ਸੁਣਾਈਏ ਤਾਪਮਾਨ ਸੁਣਾ ਦਿਓ ਤੇ ਟਿੱਕਾ ਕਰਨ ਬਾਰੇ ਫਿਰ ਕਹਿੰਦੇ ਕੀ ਕਹਿੰਦੇ ਟੀਕਾ ਕਰਨਾ ਜੀ ਹਾਂ ਸੋ ਅੱਜ ਜਿਹੜੇ ਤਾਪਮਾਨ ਰਿਹਾ ਗਲਾਟੀ ਸਾਹਿਬ ਤੇ ਡਾਕਟਰ ਸਾਹਿਬ ਚੰਡੀਗੜ੍ਹ ਵੱਧ ਤੋਂ ਵੱਧ 40 ਡਿਗਰੀ ਸੈਲਸੀਅਸ ਘੱਟ ਤੋਂ ਘੱਟ 21.5 ਡਿਗਰੀ ਸੈਲਸੀਅਸ ਜੀ ਅਮਰਸਰ 38.4 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤੇ 21 ਡਿਗਰੀ ਸੈਲਸੀਅਸ ਘੱਟ ਤੋਂ ਘੱਟ ਜੀ ਲੁਧਿਆਣਾ 40.5 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤੇ 23.7 ਡਿਗਰੀ ਸੈਲਸੀਅਸ ਘੱਟ ਤੋਂ ਘੱਟ ਪਟਿਆਲਾ 40.8 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤੇ 23 ਡਿਗਰੀ ਸੈਲਸੀਅਸ ਘੱਟ ਤੋਂ ਘੱਟ ਬਠਿੰਡਾ 41.6 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤੇ 20.8 ਡਿਗਰੀ ਸੈਲਸੀਅਸ ਘੱਟ ਤੋਂ ਘੱਟ ਤੇ ਫਰੀਦਕੋਟ 41 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤੇ 23 ਡਿਗਰੀ ਸੈਲਸੀਅਸ ਘੱਟ ਤੋਂ ਘੱਟ ਜੀ ਤੇ ਆਉਣ ਵਾਲੇ 48 ਘੰਟਿਆਂ 'ਚ ਕਹਿੰਦੇ ਮੌਸਮ ਖੁਸ਼ਕ ਰਹੂਗਾ ਉਸ ਤੋਂ ਬਾਅਦ ਕਿਤੇ ਗਰਜ ਚਮਕਣਾ ਕਿਤੇ ਛਿਟਾ ਪੈ ਸਕਦੀਆਂ ਕਿਸਾਨ ਵੀਰੋ ਤੇ ਭੈਣੋ ਤੁਸੀਂ ਸਾਨੂੰ ਆਪਣੇ ਸੁਝਾਅ ਭੇਜੋ ਸੁਝਾਅ ਭੇਜਣ ਲਈ ਸਾਡਾ ਤੁਸੀ ਪਤਾ ਨੋਟ ਕਰ ਲਓ ਸਾਡਾ ਪਤਾ ਹੈ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਡੀਡੀ ਪੰਜਾਬੀ ਦੂਰਦਰਸ਼ਨ ਕੇਂਦਰ ਭਗਵਾਨ ਮਹਾਵੀਰ ਮਾਰਗ ਜਲੰਧਰ ਪਿੰਨ ਕੋਡ ਹੈ 144001 ਤੇ ኢਮੇਲ ਐਡਰੈਸ ਹੈ ddpunjabijalandhar@gmail.com ਕਿਸਾਨ ਵੀਰੋ ਤੇ ਭੈਣੋ ਜਾਨ ਹੈ ਤਾਂ ਜਹਾਨ ਹੈ ਬਿਲਕੁਲ ਸੋ ਇਸ ਕਰਕੇ ਸਾਨੂੰ ਇਹ ਜਿਹੜੀ ਕਰੋਨਾ ਮਹਾਮਾਰੀ ਆ ਇਹਦੇ ਤੋਂ ਆਪਣਾ ਬਚਾ ਆਪ ਹੀ ਕਰਨਾ ਪੈਣਾ احتیاط رکھو ਵੈਕਸੀਨੇਸ਼ਨ ਕਰਵਾਓ ਤੇ احتیاط ਦੇ ਵਿੱਚ ਹੱਥ ਧੋਦੇ ਰਹੋ ਮੂੰਹ ਦੇ ਉੱਤੇ ਮਾਸਕ ਪਾਓ ਤੇ ਇਹਦੇ ਨਾਲ ਨਾਲ 2 ਗੱਜ ਦੀ ਦੂਰੀ ਬਣਾ ਕੇ ਰੱਖੋ ਹੁਣ ਸਾਨੂੰ ਦਿਓ ਇਜਾਜ਼ਤ ਡਾਕਟਰ ਸਾਹਿਬ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੈ ਜੀ ਜੈ